ਸਵਾਗਤ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਮੈਂ ਹਰਮਨ ਤੌਰ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਲੱਗਦਾ ਹੈ ਕਿ ਬਹੁਤ ਤਰੱਕੀ ਕਰ ਲਈ ਤੇ ਜ਼ਿੰਦਗੀ ਨੂੰ ਆਸਾਨ ਕਰਨ ਦੇ ਲਈ ਹਰ ਸੁੱਖ ਸਹੂਲਤ ਜਿਹੜੀ ਆ ਉਹ ਅਸੀਂ ਪੈਦਾ ਕਰ ਲਈ ਉਹਦੇ باوجود ਪਹਿਲਾਂ ਦੀ ਬਜਾਈ ਬਜਾਈ ਜਿਹੜਾ ਹੁਣ ਇਨਸਾਨ ਹੈ ਉਹ ਕਿਤੇ ਨਾ ਕਿਤੇ ਪਰੇਸ਼ਾਨ ਨਾ ਇਕੱਲਾ ਹੁੰਦਾ ਜਾ ਰਿਹਾ ਹੈ ਆਪਣੇ ਲਈ ਸੁੱਖ ਸਹੂਲਤਾਂ ਪੈਦਾ ਕਰਨ ਦੇ باوجود ਕਿਤੇ ਨਾ ਕਿਤੇ ਪਰੇਸ਼ਾਨ ਆਪਣਿਆਂ ਤੋਂ ਟੁੱਟਿਆ ਹੋਇਆ ਘਰ ਪਰਿਵਾਰ ਦੇ ਵਿੱਚ ਜੇ 10 ਜੀਵੀ ਹੋਣ ਤਾਂ 10 ਜੀਆਂ ਦੇ ਹੁੰਦਿਆਂ ਵੀ ਬਹੁਤ ਵਾਰੀ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਸਾਨੂੰ ਕੁਝ ਦੱਸਿਆ ਕਿਉਂ ਨਹੀਂ ਕੁਝ ਵੀ ਕਰਨ ਤੋਂ ਪਹਿਲਾਂ ਇਹਨੇ ਸਾਡੇ ਨਾਲ ਇੱਕ ਵਾਰੀ ਦਿਲ ਤਾਂ ਫੋਲਿਆ ਹੁੰਦਾ ਪਰ ਮਜਬੂਰੀ ਇਹ ਬਣੀ ਹੋਈ ਹੈ ਕਿ ਘਰ ਦੇ ਵਿੱਚ ਜੇ ਤੁਸੀਂ ਇੱਕ ਸੋਫੇ ਦੇ ਉੱਤੇ ਵੀ ਚਾਰ ਜੀ ਬੈਠਿਓ ਤਾਂ ਚਾਰਾਂ ਜੀਆਂ ਦੇ ਵਿਚਕਾਰ ਮੋਬਾਈਲ ਫੋਨਾਂ ਦੀਆਂ ਕੰਧਾਂ ਹੋਈਆਂ ਹੋਈਆਂ ਨੇ ਹਰ ਇੱਕ ਆਪਣੇ ਆਪ ਦੇ ਵਿੱਚ ਮਸਤਾ ਤੇ ਆਪਣੀ ਇੱਕ ਦੁਨੀਆ ਦੇ ਵਿੱਚ ਵਿਚਰ ਰਿਹਾ ਹੈ ਆਪਣੇ ਪਰਿਵਾਰ ਦੇ ਲਈ ਆਪਣੇ ਜੀਆਂ ਦੇ ਲਈ ਆਪਣੇ ਦੋਸਤਾਂ ਮਿੱਤਰਾਂ ਦੇ ਦਿਲਾਂ 'ਚ ਕੀ ਚੱਲ ਰਿਹਾ ਹੈ ਉਹ ਸੁਣਨ ਦਾ ਸਮਝਣ ਦਾ ਉਹਨਾਂ ਨੂੰ ਅੱਖਾਂ ਭਰ ਕੇ ਦੇਖਣ ਦਾ ਵਕਤ ਤੱਕ ਸਾਡੇ ਕੋਲ ਨਹੀਂ ਹੈ ਸੋ ਇਸੇ ਲਈ ਦੂਰਦਰਸ਼ਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕੁਝ ਉਹੋ ਜੇ ਅਣਸ਼ੋਹੀ ਵਿਸ਼ੇ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਦੇ ਉੱਤੇ ਗੱਲ ਕਰਨਾ ਇਸ ਵੇਲੇ ਸਮੇਂ ਦੀ ਲੋੜ ਵੀ ਹੈ ਜ਼ਰੂਰੀ ਹੈ ਕਿ ਇਨਸਾਨਾਂ ਨੂੰ ਸਮਝਣ ਦੇ ਲਈ ਜੇ ਸਾਡੇ ذریعے ਕਿਸੇ ਤੱਕ ਕੋਈ ਸੁਨੇਹਾ ਪਹੁੰਚ ਜਾਵੇ ਤੇ ਕਿਉਂ ਨਾ ਉਹ ਸੁਨੇਹਾ ਹਰ ਹਾਲ ਦੇ ਵਿੱਚ ਪਹੁੰਚਦਾ ਕੀਤਾ ਜਾਵੇ ਇਸੇ ਲਈ ਅੱਜ ਜਿਸ ਵਿਸ਼ੇ ਦੇ ਉੱਤੇ ਆ ਗੱਲਬਾਤ ਕਰਨ ਜਾ ਰਹੀਆਂ ਉਹ ਵਿਸ਼ਾ ਹੈ ਦੀ ਜ਼ਿੰਦਗੀ ਜੀਉਣ ਦੇ ਤਰੀਕੇ ਬਦਲਣ ਦੀ ਲੋੜ ਕਿਉਂ ਬਹੁਤ ਕੁਝ ਸਾਡੇ ਕੋਲ ਆ ਪਰ ਉਹਦੇ باوجود ਕੁਝ ਬਦਲਣ ਦੀ ਲੋੜ ਮਹਿਸੂਸ ਹੁੰਦੀ ਹੈ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਜਿਹੜੇ ਗੈਸਟ ਆਏ ਨੇ ਉਹਨਾਂ ਦੇ ਨਾਲ ਤੌਰਫ ਕਰਵਾ ਦਿੰਨੀ ਆ ਪਵਨਦੀਪ ਸ਼ਰਮਾ ਜੀ ਜੋ ਕਿਤੇ ਵਜੋਂ ਇੰਜੀਨੀਅਰ ਨੇ ਪਰ ਨਾਲ ਦੀ ਨਾਲ ਬਹੁਤ ਵਧੀਆ ਮੋਟੀਵੇਸ਼ਨਲ ਸਪੀਕਰ ਨੇ ਲੋਕਾਂ ਨੂੰ ਮੋਟੀਵੇਟ ਕਰਦੇ ਨੇ ਉਤਸ਼ਾਹਿਤ ਕਰਦੇ ਨੇ ਜ਼ਿੰਦਗੀ ਨੂੰ ਜਿਉਣ ਦੇ ਪ੍ਰਤੀ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਫਿਰ ਕਰਦੇ ਹਾਂ ਇਸ ਵਿਸ਼ੇ ਦੇ ਉੱਤੇ ਖੂਬਸਰੀਆਂ ਗੱਲ ਬਹੁਤ-ਬਹੁਤ ਸਵਾਗਤ ਸਾਰਾ ਧੰਨਵਾਦ ਰਮਨ ਜੀ ਔਰ ਡੀਡੀ ਪੰਜਾਬੀ ਦੇਖ ਰਹੇ तमाम ਨੈਸ਼ਨਲ ਇੰਟਰਨੈਸ਼ਨਲ ਈਵਜ਼ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅਭਿਸ਼ਾਦਾਸੀ ਦਿੱਤਾ ਕਿ ਜ਼ਿੰਦਗੀ ਨੂੰ ਜਿਉਣ ਦੇ ਤਰੀਕੇ ਬਦਲਣ ਦੀ ਲੋੜ ਕਿਉਂ ਆ ਅ ਇਸੋਂ ਪਹਿਲਾਂ ਕਿ ਇਹਦੇ ਉੱਤੇ ਬਹੁਤ ਡੀਟੇਲ ਨਾਲ ਗੱਲ ਕਰੀਏ ਅ ਕੀ ਲੱਗਦਾ ਹੈ ਕਿ ਪਹਿਲਾਂ ਵਾਲੀ ਜ਼ਿੰਦਗੀ ਤੇ ਹੁਣ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਆ ਗਿਆ ਜਿਹੜਾ ਪੋਜ਼ਿਟਿਵ ਹੋਣ ਦੇ ਨਾਲ-ਨਾਲ ਬਰਾਬਰ ਜਿਹੜਾ ਨੈਗੇਟਿਵ ਵੀ ਜਾ ਰਿਹਾ ਹੈ ਅ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆ ਕੰਟੈਂਪੋਰੀ ਵਰਲਡ ਦੇ ਵਿੱਚ ਇਸ ਵੇਲੇ ਪੁਰਾਣਾ ਸਮਾਂ ਸੀ ਉਹਦੇ ਵਿੱਚ ਕਾਬਲੀਅਤ ਅਹਿਲियत ਮਿਹਨਤ ਔਰ ਸੋਚ ਸੂਝ-ਬੂਝ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬੜੀਆਂ ਇੰਪੋਰਟੈਂਟ ਫੈਕਟਰਸ ਅਦਾ ਕਰਦੀਆਂ ਸੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦੇ ਲਈ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਬਹੁਤ ਪਿੱਛੇ ਜਾ ਕੇ ਰਹਿ ਗਈਆਂ ਅੱਜ ਸੋਸ਼ਲ ਮੀਡੀਆ ਦਾ ਯੋਗ ਹੈ ਅੱਜ ਮੀਡੀਆ ਦਾ ਕੰਟੈਂਪੋਰੀ ਯੋਗ ਹੈ ਅੱਜ ਫਾਸਟ ਫੂਡ ਫਾਸਟ ਗੀਤ ਫਾਸਟ ਕਾਰਾਂ ਇਹਨਾਂ ਚੀਜ਼ਾਂ ਦਾ ਯੋਗ ਆ ਗਿਆ ਜਿਹਦੇ ਵਿੱਚ ਜਿਹੜੇ ਮੋਰਲ ਆ ਬੇਸਿਕ ਮੋਰਲ ਐਥਿਕਸ ਹੁੰਦੇ ਸੀ ਉਹ ਕਿਤੇ ਪਛਾਹ ਹਟ ਗਏ ਸਾਡੀ ਜਿਹੜੀ ਕਾਰਕਰਦਗੀ ਆ ਉਹ ਨਾਕਸ ਐਕਟੀਵिटीज ਵੱਲ ਜ਼ਿਆਦਾ ਵਧ ਗਈ ਪਹਿਲਾਂ ਇੱਕ ਸਮਾਂ ਹੁੰਦਾ ਸੀ ਏਲਮ ਦੀ ਬੜੀ ਵੈਲਿਊ ਹੁੰਦੀ ਸੀ ਕੋਈ ਬੰਦਾ ਮੈਡੀਟੇਸ਼ਨ ਕਰਦਾ ਸੀ ਪਾਠ ਕਰਦਾ ਸੀ ਉਹਦੀ ਬਹੁਤ ਵੈਲਿਊ ਹੁੰਦੀ ਸੀ ਕਮਿਊਨੀਕੇਸ਼ਨ ਕਰਦਾ ਸੀ ਉਹਦੀ ਬੜੀ ਵੈਲਿਊ ਹੁੰਦੀ ਸੀ ਲੋਕ ਸਤਾਂ ਚ ਬੈਠ ਕੇ ਆਪਾਂ ਪਛ ਗੱਲਬਾਤ ਕਰਦੇ ਸੀ ਪਰਵਾਰਾਂ ਦੇ ਜੀਆ ਨਾਲ ਬੈਠ ਕੇ ਗੱਲਬਾਤ ਕਰਦੇ ਸੀ ਅੱਜ ਇਸ ਤਰ੍ਹਾਂ ਤੁਸੀਂ ਖੂਬਸੂਰਤ ਸ਼ਬਦਾਂ ਦੇ ਵਿੱਚ ਆਗਾਸ ਕਰਦੇ ਆਂ ਕਿਆ ਵੀ ਆ ਕਿ ਅਸੀਂ ਘਰ ਦੇ ਵਿੱਚ ਹੀ ਦਵਾਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਇੰਟਰਨੈਟ ਯੂਜ਼ ਕਰ ਰਹੇ ਆਂ ਮੋਬਾਈਲ ਫੋਨ ਯੂਜ਼ ਕਰ ਰਹੇ ਆਂ ਸਾਨੂੰ ਇੱਕ ਦੂਜੇ ਦੀ ਸਾਰ ਲੈਣੀ ਜਿਹੜੀ ਆ ਉਹ ਬੜੀ ਮੁਸ਼ਕਲ ਲੱਗਦੀ ਆ ਸੋ ਇਨ੍ਹਾਂ ਸਾਰੀਆਂ ਗੱਲਾਂ ਨੇ ਸਾਡੀ ਕਿਤੇ ਨਾ ਕਿਤੇ ਜੀਵਨ ਪ੍ਰਣਾਲੀ ਨੂੰ ਬਹੁਤ ਪਿੱਛੇ ਧਕੇਲ ਦਿੱਤਾ ਅਸੀਂ ਸਮੇਂ ਦੇ ਵਿੱਚ ਜਿੱਥੇ ਐਡਵਾਂਸ ਦੇ ਹੋਏ ਆਂ ਟੈਕਨੋਲੋਜੀ ਦੇ ਵਿੱਚ ਐਡਵਾਂਸ ਹੋਏ ਆਂ ਕੰਟੈਂਪੋਰੀ ਹੋ ਗਏ ਆਂ ਪਰ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਇਨਸਾਨੀਅਤ ਦੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਇਕਰਾਮੇ ਇਨਸਾਨੀਅਤ ਰੱਖਣਾ ਕਿਸ ਤਰ੍ਹਾਂ ਇੱਕ ਦੂਜੇ ਦੀ ਰਿਸਪੈਕਟ ਕਰਨੀ ਕਿਸ ਤਰ੍ਹਾਂ ਕਿਸੇ ਦੂਸਰੇ ਬੰਦੇ ਨੂੰ ਤਰਜੀਹ ਦੇਣੀ ਕਿਸ ਤਰ੍ਹਾਂ ਸਪਿਰਚੁਅਲ ਵਿਚਾਰਾਂ ਨੂੰ ਨਾਲ ਲੈ ਕੇ ਚੱਲਣਾ ਆਪਣੇ ਮੈਡੀਟੇਸ਼ਨ ਨੂੰ ਨਾਲ ਲੈ ਕੇ ਚੱਲਣਾ ਪਾਠ ਪੂਜਾ ਨੂੰ ਨਾਲ ਲੈ ਕੇ ਚੱਲਣਾ ਉਹ ਸਾਰੀਆਂ ਗੱਲਾਂ ਅਸੀਂ ਪਿੱਛੇ ਛੱਡ ਦਿੱਤੀਆਂ ਪਰ ਸਿਰਫ ਪੈਸੇ ਦੀ ਦੌੜ ਕਿਸ ਤਰ੍ਹਾਂ ਪੈਸਾ ਇਕੱਠਾ ਕਰਨਾ ਕਿਸ ਤਰ੍ਹਾਂ ਲੋਕਾਂ ਦੇ ਨਜ਼ਰਾਂ ਦੇ ਵਿੱਚ ਰਹਿਣਾ ਹਰ ਵੇਲੇ ਤੁਸੀਂ ਇੰਟਰਨੈਟ ਦੇ ਪੋਜ਼ਿਟਿਵ অর ਨੈਗੇਟਿਵ ਆਸਪੈਕਟਸ ਵੀ ਦੇਖੇ ਹੋਣਗੇ ਕਿ ਲੋਕ ਰੀਲਸ ਦੇ ਪਿੱਛੇ ਪੈ ਗਏ ਲੋਕਸ ਜਿੰਨੀ ਮਾਡਰਨ ਟੈਕਨਿਕਸ ਆ ਗਈਆਂ ਉਹਨਾਂ ਦੇ ਪਿੱਛੇ ਪੈ ਗਏ ਲੋਕਾਂ ਨੂੰ ਰੀਅਲ ਲਾਈਫ ਜਿਹੜੀ ਆ ਉਹ ਭੁੱਲ ਹੀ ਗਈ ਲੋਕ ਜ਼ਮੀਨੀ ਹਕਾਇਤ ਤੋਂ ਬੜੀ ਦੂਰ ਹੋ ਗਏ ਕੀ ਲੱਗਦਾ ਹੈ ਕਿ ਅਸੀਂ ਜੇ ਪਾਰਟਿਕੂਲਰ ਕੁਝ ਚੀਜ਼ਾਂ ਕਾਊਂਟ ਕਰਨੀਆਂ ਹੋਣ ਗਿਣਨੀਆਂ ਹੋਣ ਕਿ ਕਿਹੜੀਆਂ ਮੁਸੀਬਤਾਂ ਸੀ ਜਿਹੜੀਆਂ ਹੁਣ ਇਸ ਵੇਲੇ ਖੜੀਆਂ ਕਰ ਲੀਆਂ ਹੋਈਆਂ ਜਿਦੇ ਕਰਕੇ ਅੱਜ ਲੱਗ ਰਿਹਾ ਕਿ ਸਾਨੂੰ ਇਸ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਪੈ ਰਹੀ ਆ ਲੋੜ ਲੱਗ ਰਹੀ ਆ ਕਿ ਸਾਨੂੰ ਇਹਦੇ ਉੱਤੇ ਡਿਸਕਸ ਕਰਨਾ ਪਊਗਾ ਕੀ ਲੱਗਦਾ ਕਿ ਉਹ ਕਿਹੜੀਆਂ-ਕਿਹੜੀਆਂ ਦਿੱਕਤਾਂ ਹੈਗੀਆਂ ਜਿਹੜੀਆਂ ਤਰੱਕੀ ਤਾਂ ਬਹੁਤ ਕਰ ਲਈ ਪਰ ਉਹ ਖੜੀਆਂ ਕਰ ਲੀਆਂ ਸੀ ਆਪਣੇ ਲਈ ਆ ਦੇਖੋ ਰਮਨ ਜੀ ਸਭ ਤੋਂ ਇੰਪੋਰਟੈਂਟ ਇਹ ਵੀ ਫੈਕਟਰ ਹੈਗਾ ਕਿ ਸਾਡੇ ਸਾਈਕੋਲੋਜੀਕਲ ਜਿਹੜੇ ਬਿਹੇਵੀਅਰਸ ਆ ਉਹਨਾਂ ਦੇ ਵਿੱਚ ਬੜੀ ਤਬਦੀਲੀ ਆ ਗਈ ਹੈ ਸਾਡੇ ਡਾਈਟਰੀ ਫੈਕਟਰਸ ਆ ਉਹਨਾਂ ਦੇ ਵਿੱਚ ਤਬਦੀਲੀ ਆ ਗਈ ਹੈ ਸਾਡਾ ਖਾਣ-ਪਾਣ ਪਹਿਰਾਵਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਤਬਦੀਲੀ ਆ ਗਈ ਹੈ ਬਿਹੇਵੀਅਰਲ ਚੇਂजेस ਬਹੁਤ ਸਾਰੇ ਆ ਗਏ ਆ ਲੋਕ ਪਹਿਲਾਂ ਇੱਕ ਦੂਜੇ ਦਾ ਸਨਮਾਨ ਕਰਦੇ ਸੀ ਇਕਰਾਮ ਕਰਦੇ ਸੀ ਰਿਸਪੈਕਟ ਦਿੰਦੇ ਸੀ ਵੱਡਿਆਂ ਨੂੰ ਲੋਕ ਪਿੰਡਾਂ ਦੇ ਵਿੱਚ ਜੇ ਕੋ ਪਿੰਡ ਦੀ ਧੀ ਸੀ ਉਹਨੂੰ ਭੈਣ ਸਮਝਦੇ ਸੀ ਲੋਕ ਮਹੱਲਿਆਂ ਦੇ ਵਿੱਚ ਇੱਕ ਦੂਜੇ ਦਾ ਸਤਿਕਾਰ ਕਰਦੇ ਸੀ ਇੱਕ ਪਰਿਵਾਰ ਵਾਂਗੂ ਸਾਂਝੇ ਪਰਿਵਾਰ ਵਾਂਗ ਲੋਕ ਰਹਿੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਗੱਲਾਂ ਟੁੱਟ ਗਈਆਂ ਸੀ ਇਹਨਾਂ ਗੱਲਾਂ ਤੋਂ ਦੂਰ ਹੋ ਗਏ ਔਰ ਇਕਰਾਮੇ ਇਨਸਾਨੀਅਤ ਨੂੰ ਅਸੀਂ ਬਿਲਕੁਲ ਭੁੱਲ ਗਏ ਇਨਸਾਨੀਅਤ ਨੂੰ ਪਿੱਛੇ ਛੱਡ ਦਿੱਤਾ ਮਨੀ ਮਾਈਂਡਡ ਹੋਣਾ ਪੈਸੇ ਨੂੰ ਕਮਾਉਣਾ ਪੈਸੇ ਦੀ ਦੌੜ ਲਾਉਣੀ ਇਹ ਚੀਜ਼ਾਂ ਨੂੰ ਅਸੀਂ ਜਿਹੜੀ ਬਹੁਤ ਵੱਡੀ ਅਹਿਮੀਅਤ ਦੇ ਦਿੱਤੀ ਪਰ ਮੈਂ ਨਿੱਜੀ ਨਜ਼ਰ ਦੇ ਵਿੱਚ ਸਮਝਦਾ ਕਿ ਜੇ ਕਿਸੇ ਬੰਦੇ ਦਾ اخلاق ਅੱਛਾ ਹੈ ਜੇ ਕਿਸੇ ਬੰਦੇ ਦੀ ਸੋਚ ਅੱਛੀ ਹੈ ਜੇ ਕੋਈ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਮਿਹਨਤਕਸ਼ ਵਿਅਕਤੀ ਹੈਗਾ ਤੇ ਉਹਦੀ ਸੋਚ ਅੱਛੀ ਹੈ ਤੇ ਉਹ ਕਿਸੇ ਵੀ ਅੱਜ ਦੇ ਬਹੁਤ ਇੰਡਸਟਰੀਅਲਿਸਟ ਵੱਡੇ ਕਿਸੇ ਵਪਾਰੀ ਨਾਲੋਂ ਕਿਸੇ ਬਹੁਤ ਮਾਲਦਾਰ ਵਿਅਕਤੀ ਨਾਲੋਂ ਉਹਦਾ ਕਦ ਬਹੁਤ ਉੱਚਾ ਹੈਗਾ ਜੇ ਕਿਸੇ ਕੋਲ ਮਾਲ ਜ਼ਿਆਦਾ ਪੈਸਾ ਜ਼ਿਆਦਾ ਉਹ ਮਾਲਦਾਰ ਹੋ ਸਕਦਾ ਜੇ ਕਿਸੇ ਕੋਲ ਗਿਆਨ ਜ਼ਿਆਦਾ ਉਲਾਮਾ ਆਲਮ ਫਾਜ਼ਲ ਹੋ ਸਕਦਾ ਟੀਚਰ ਹੋ ਸਕਦਾ ਪਰ ਜੇ ਕਿਸੇ ਕੋਲ ਕਿਰਦਾਰ ਅੱਛਾ ਆ ਕੈਰੈਕਟਰ ਅੱਛਾ ਆ ਉਹਦੇ ਕੋਲ اخਲਾਕ ਅੱچھے ਨੇ ਤੇ ਉਹ ਨੇਕ ਨੀਅਤ ਨਾਲ ਚੱਲਦਾ ਤੇ ਉਹ ਇਨਸਾਨ ਚੰਗਾ ਹੋ ਸਕਦਾ ਦੇਖਿਆ ਜਾਵੇ ਤਾਂ ਇਹ ਇਹ ਸਾਰੀ ਆਪਸ ਚ ਇੱਕ ਦੂਜੇ ਦੇ ਪੂਰਕ ਹੈਗੇ ਆ ਕੋਈ ਵੀ ਬੰਦਾ ਆਪਣੇ ਆਪ ਚ ਸੰਪੂਰਨ ਨਹੀਂ ਆ ਕਿ ਚਾਹੀ ਉਹਦੇ ਕੋਲੇ ਪੈਸਾ ਹੈ ਚਾਹੀ ਉਹਦੇ ਕੋਲੇ ਗਿਆਨ ਆ ਚਾਹੀ ਕੁਝ ਵੀ ਆ ਜੇ ਕਿਸੇ ਇਨਸਾਨ ਕੋਲੇ ਕੁਝ ਖਾਸ ਆ ਤਾਂ ਇੱਕ ਦੂਜੇ ਦੇ ਪੂਰਕ ਹੈ ਤੇ ਮਿਲ ਕੇ ਜਿਹੜਾ ਚੱਲਣਾ ਉਹ ਬਣਦਾ ਹੈ ਅਤੇ ਦੇਖੋ ਲਾਈਫ ਦੇ ਵਿੱਚ ਸਾਨੂੰ ਐਫਰਟਸ ਤੇ ਕਰਨੀਆਂ ਹੀ ਪੈਣਗੀਆਂ ਜੇ ਮਾਡਰਨ ਸਮੇ ਦੇ ਵਿੱਚ ਚੱਲਣਾ ਕੰਟੈਂਪੋਰੀ ਹੋਣਾ ਸਮੇ ਦਾ ਹਾਣੀ ਹੋਣਾ ਤਾਂ ਸਾਨੂੰ ਮਿਹਨਤ ਵੀ ਕਰਨੀ ਪੈਣੀ ਹੈ ਪਰ ਉਹ ਕਹਿੰਦੇ ਨਾ ਕਿ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਤੂੰ ਦੀਵਾ ਬਾਲ ਕੇ ਰੱਖ ਚਾ ਹਵਾ ਜਾਣੇ ਖੁਦਾ ਜਾਣੇ ਸੋ ਇਸ ਕਰਕੇ ਸਾਨੂੰ ਆਪਣੀ ਐਫਰਟਸ ਆਪਣਾ ਦੀਵਾ ਬਾਲ ਕੇ ਰੱਖਣਾ ਚਾਹੀਦਾ ਸੋਚ ਚੰਗੀ ਲੈ ਕੇ ਚੱਲਣਾ ਚਾਹੀਦਾ ਪੋਜ਼ਿਟਿਵ ਥੌਟਸ ਲੈ ਕੇ ਚੱਲਣੇ ਚਾਹੀਦੇ ਆਮਾਨ ਸਤਕਾਰ ਕਰਨਾ ਚਾਹੀਦਾ ਚਾਰ ਦਿਨਾਂ ਦੀ ਜ਼ਿੰਦਗੀ ਆ ਛੋਟੀ ਲਾਈਫ ਹੈ ਸਾਨੂੰ ਇਹ ਸਮਝ ਲੈਣਾ ਚਾਹੀਦਾ ਆਪਣੀ ਦਿਸ਼ਾ ਜਿਹੜੀ ਲਾਈਫ ਦੀ ਉਹਨੂੰ ਨਿਰਧਾਰਿਤ ਕਰ ਲੈਣਾ ਚਾਹੀਦਾ ਕੱਟੀ ਪਤੰਗ ਵਾਂਗ ਨਹੀਂ ਹੋਣਾ ਚਾਹੀਦਾ ਕੋਈ سمت ਨਾ ਹੋਵੇ ਕੋਈ ਡਾਇਰੈਕਸ਼ਨ ਨਾ ਹੋਵੇ ਇਹ ਕਿਤੇ ਨੂੰ ਵੀ ਜਾ ਰਹੀ ਹਵਾ ਦੇ ਰੁੱਖ ਦੇ ਨਾਲ ਦੌੜ ਦੇ ਵਿੱਚ ਜਿਹੜਾ ਬਿਨਾਂ ਕੁਝ ਸੋਚੇ ਸਮਝੇ ਦੌੜੇ ਹੀ ਜਾਂਦਾ ਹੈ ਅਸੀਂ ਜੇ ਆਪਣੀ ਹੈਲਥ ਫੈਕਟਰਸ ਨੂੰ ਇਗਨੋਰ ਕਰੀਏ ਸਿਹਤ ਨੂੰ ਇਗਨੋਰ ਕਰੀਏ ਪਰਿਵਾਰ ਨੂੰ ਇਗਨੋਰ ਕਰੀਏ ਸਿਰਫ ਪੈਸੇ ਇਕੱਠੇ ਕਰ ਲਈਏ ਤੇ ਉਹਦਾ ਵੀ ਇੰਦੀ ਐਂਡ ਫਿਰ ਕੋਈ ਬੰਦੇ ਨੂੰ ਉਨਾ ਸੁਖਾਵਾਂ ਫਲ ਨਹੀਂ ਲੱਗਦਾ ਤੁਸੀਂ ਇਹ ਹੈਲਥ ਫੈਕਟਰ ਦੀ ਗੱਲ ਕੀਤੀ ਆ ਹੁਣ ਜੇ ਦੇਖਿਆ ਜਾਵੇ ਰਸੋਈਆਂ ਸਾਡੀਆਂ ਤਕਨੀਕ ਨਾਲ ਭਰਪੂਰ ਆ ਪੂਰੇ ਘਰ ਦੀ ਗੱਲ ਵੀ ਜੇ ਬਾਅਦ ਚ ਛੇੜੀ ਤੇ ਕੱਲੀ ਰਸੋਈ ਦੇ ਵਿੱਚ ਹੀ ਆ ਜਾਈਏ ਹਰ ਇੱਕ ਸੁੱਕਸੂਲਤ 2 ਮਿੰਟ ਦੇ ਵਿੱਚ ਤੁਹਾਨੂੰ ਖਾਣਾ ਗਰਮ ਹੋ ਜਾਂਦਾ ਤੁਹਾਡਾ ਖਾਣਾ ਬਣ ਜਾਂਦਾ ਹੈ ਮਸਾਲੇ ਪੀਸਣ ਦੇ ਲਈ ਸਾਡੇ ਕੋਲੇ ਮਸ਼ੀਨਾਂ ਦੇ ਨਾਲ ਜਿਹੜੀਆਂ ਭਰੀਆਂ ਪਈਆਂ ਉਹਦੇ باوجود ਕੀ ਇਹੋ ਜੇ ਕਾਰਨ ਹੈ ਕਿ ਇੰਨੀ ਜ਼ਿਆਦਾ ਤਰੱਕੀ ਕਰਨ ਦੇ ਬਾਵਜੂਦ ਇਨਸਾਨ ਪਰੇਸ਼ਾਨ ਅਤੇ ਮੁੜ ਕੇ ਵਾਪਸ ਉਹਨਾਂ ਚੀਜ਼ਾਂ ਵੱਲ ਨੂੰ ਆ ਰਿਹਾ ਦੇਖੋ ਹੁਣ ਇਸ ਵੇਲੇ ਪਿੱਤਲ ਦੇ ਭਾਂਡੇ ਦੁਬਾਰਾ ਵਿਕਣੇ ਸ਼ੁਰੂ ਹੋ ਗਏ ਆ ਮਿੱਟੀ ਦੀਆਂ ਹਾਂਡੀਆਂ ਗੈਸਾਂ ਦੇ ਉੱਤੇ ਚਾੜ੍ਹ ਦਿੱਤੀਆਂ ਔਰਤਾਂ ਨੇ ਕੀ ਵਜ੍ਹਾ ਕਿ ਸਾਨੂੰ ਪਿੱਛੇ ਉਹਨਾਂ ਚੀਜ਼ਾਂ ਵੱਲ ਉਹਨਾਂ ਵਰਤਨਾ ਵੱਲ ਪਹਿਰਾਵੇ ਵੱਲ ਖਾਣ ਪੀਣ ਵੱਲ ਮੁੜਨਾ ਪੈ ਰਿਹਾ ਹੈ। ਆ ਦੇਖੋ ਇਹ ਵੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਬੈਕ ਟੂ ਬੇਸਿਕਸ ਕਿ ਸਾਨੂੰ ਪੁਰਾਣੇ ਪ੍ਰਾਤਨ ਜਿਹੜੇ ਸਾਡੀ ਕਲਾਕ੍ਰਿਤੀਆਂ ਹੋਣ ਸਾਡੀ ਜੀਵਨ ਸ਼ੈਲੀ ਹੋਵੇ ਪ੍ਰੈਕਟੀਕਲ ਰੂਪ ਦੇ ਵਿੱਚ ਜਿਸ ਤਰ੍ਹਾਂ ਵੀ ਸੀ ਚੱਲਦੇ ਸੀ ਲੋਕ ਉਹਨਾਂ ਗੱਲਾਂ ਨੂੰ ਫੇਰ ਦੁਬਾਰਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਦੇਖੋ ਸਾਡੀਆਂ ਰੂਟਸ ਵੱਲ ਸਾਨੂੰ ਜਾਣਾ ਬੜਾ ਲਾਜ਼ਮ ਹੁੰਦਾ। ਜੇ ਜਿਸ ਤਰ੍ਹਾਂ ਜਿਵੇਂ ਇੱਕ ਰੁੱਖ ਦੀ ਉਦਾਹਰਨ ਦਵਾਂ ਕਿ ਜੇ ਉਹਦੀਆਂ ਰੂਟਸ ਜਿਹੜੀਆਂ ਮਜ਼ਬੂਤ ਹੋਣਗੀਆਂ ਉਹਨੂੰ ਅੱਛਾ ਪ ਉਹਦੇ ਪੱਤੇ ਹਰੇ ਭਰੇ ਹੋਣਗੇ ਤੇ ਰੁੱਖ ਇਹ ਫਾਲਦਾਰ ਵੀ ਹੋਊਗਾ ਸ਼ਾਇਦ ਆਰ ਵੀ ਹੋਊਗਾ ਪਰ ਜੇ ਉਹੇ ਰੁੱਖ ਉਹਨੂੰ ਉਹਦੀਆਂ ਰੂਟਸ ਵਿੱਚ ਵੀਕ ਹੋਣਗੀਆਂ ਤੇ ਫਿਰ ਉਹਦੀਆਂ ਟਾਹਣੀਆਂ ਵੀ ਟੁੱਟਣਗੀਆਂ ਔਰ ਪੱਤੇ ਵੀ ਸੁੱਕੇ ਰੋਕੇ ਝੜ ਜਾਣਗੇ ਸੋ ਇਸੇ ਤਰੀਕੇ ਨਾਲ ਇਹ ਇੰਪਲੀਮੈਂਟ ਸਾਨੂੰ ਆਪਣੀ ਲਾਈਫ ਦੇ ਉੱਤੇ ਕਰ ਲੈਣਾ ਚਾਹੀਦਾ ਜੇ ਸਾਡੇ ਬੇਸਿਕ ਐਥਿਕਸ ਮਜ਼ਬੂਤ ਨੇ ਜੇ ਅਸੀਂ ਰੂਟਸ ਨਾਲ ਆਪਣੇ ਬੱਜੇ ਆ ਤੇ ਅਸੀਂ ਕਿਸੇ ਵੀ ਭਾਸ਼ਾ ਨੂੰ ਵੀ ਸਮਝਦੇ ਆ ਹਰ ਤਰ੍ਹਾਂ ਦੇ ਐਕਸਪੋਜ਼ਰ ਦੇ ਵਿੱਚ ਅਸੀਂ ਜਾਣਦੇ ਆ ਪਰ ਜੇ ਅਸੀਂ ਉਹਦੇ ਨਾਲ-ਨਾਲ ਆਪਣੀ ਰੂਟਸ ਦੇ ਨਾਲ ਜੁੜੇ ਆ ਤੇ ਸਾਡੀ ਨੀਂਹ ਬੜੀ ਮਜ਼ਬੂਤ ਹੁੰਦੀ ਆ ਫਿਰ ਅਸੀਂ ਓਦਾਂ ਦੇ ਹੀ ਰੁੱਖ ਵਾਂਗ ਔਰ ਲੋਕਾਂ ਨੂੰ ਸੁਖ ਦੇਣ ਵਾਲੇ ਇਨਸਾਨ ਬਣਾਂਗੇ ਨਾਗਰਿਕ ਬਣਾਂਗੇ ਚੰਗੇ ਸਿਟੀਜ਼ਨ ਬਣਾਂਗੇ ਚੰਗੇ ਸਟੂਡੈਂਟ ਬਣਾਂਗੇ ਚੰਗੇ ਟੀਚਰ ਬਣਾਂਗੇ ਚੰਗੇ ਨਾਗਰਿਕ ਵਜੋਂ ਸਮਾਜ ਦੇ ਵਿੱਚ ਵਿਚਰਾਂਗੇ ਉਹ ਲੋਕਾਂ ਲਈ ਵੀ ਸੁਖਾਵਾਂ ਮਾਹੌਲ ਜਿਹੜਾ ਉਹ ਬਣਾ ਕੇ ਰੱਖਾਂਗੇ ਸੋ ਇਸ ਕਰਕੇ ਜਿਹੜੀਆਂ ਪੁਰਾਣੀਆਂ ਪ੍ਰਾਤਨ ਚੀਜ਼ਾਂ ਵਾਲ ਅਸੀਂ ਆ ਰਹੇ ਆਂ ਬੜੀ ਅੱਛੀ ਗੱਲ ਹੈ ਜਿਸ ਤਰ੍ਹਾਂ ਡੀਡੀ ਪੰਜਾਬੀ ਹੈ ਸਾਡੇ ਇਸ ਚੈਨਲ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਦਾ ਨਾਮ ਰੌਸ਼ਨ ਕੀਤਾ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਅੱਜ ਵੀ ਉਸ ਝੰਡੇ ਨੂੰ ਉਸੇ ਤਰੀਕੇ ਨਾਲ ਬੁਲੰਦ ਕਰਕੇ ਇਹ ਰੱਖਿਆ ਹੋਇਆ ਸੂਇਸ ਕਰਕੇ ਇਹੋ ਹੀ ਲੋਕਾਂ ਦੀ ਜੋ ਕੇ ਸਮੇਂ ਦੇ ਵਿੱਚ ਲੋੜ ਆ ਸਾਨੂੰ ਆਪਣੀ ਸਪੀਡ ਨੂੰ ਥੋੜਾ ਜਿਹਾ ਘਟਾ ਕੇ ਰਿਐਲਿਟੀ ਦੇ ਵਿੱਚ ਆ ਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਡੀ ਜ਼ਿੰਦਗੀ ਲਈ ਸਾਡੀ ਸਿਹਤ ਲਈ ਸਾਡੇ ਪਰਿਵਾਰ ਲਈ ਕਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਪਹਿਲਾਂ ਲੋਕ ਇੰਨਾ ਪੈਸੇ ਦੇ ਪਿੱਛੇ ਨਹੀਂ ਸੀ ਭੱਜਦੇ ਜੁਆਇੰਟ ਫੈਮਲੀਆਂ ਦੇ ਵਿੱਚ ਰਹਿੰਦੇ ਸੀ ਲੋਕ ਇੱਕ ਦੂਜੇ ਦਾ ਇਕਰਾਮ ਕਰਦੇ ਸੀ ਇਨਸਾਨੀਅਤ ਨੂੰ ਸਮਝਦੇ ਸੀ ਪਿੰਡ ਦੇ ਵਿੱਚ ਕੋਈ ਜਾਨਵਰ ਵੀ ਹੁੰਦਾ ਸੀ ਉਹਦਾ ਵੀ ਖਿਆਲ ਰੱਖਦੇ ਸੀ ਪਰ ਅੱਜ ਕੰਕਰੀਟ ਜੰਗਲ ਬਣ ਗਏ ਵੱਡੇ ਵੱਡੇ ਬਿਲਡਿੰਗਸ ਬਣ ਗਏ ਮਲਟੀ ਸਟੋਰੀ ਬਿਲਡਿੰਗਸ ਬਣ ਗੀਆਂ ਪਰ ਇਨਸਾਨੀਅਤ ਜਿਹੜੀ ਹੈ ਬਹੁਤ ਸਿਮਿੰਟ ਕੇ ਰਹਿ ਗਈ ਲਿਮਟਿਡ ਹੋ ਗਈ ਅੱਜ ਕੋਈ ਕਿਤੇ ਜਾਂਦਾ ਕਿਸੇ ਦਾ ਕੋਈ ਸਾਥ ਦੇ ਕੇ ਰਾਜ਼ੀ ਨਹੀਂ ਕਿਸੇ ਦੇ ਮੁਸ਼ਕਿਲ ਦੇ ਵਿੱਚ ਕੋਈ ਸਾਥ ਦਾ ਸਿਰਫ ਹਰ ਬੰਦਾ ਇੰਟਰਨੈਟ ਦੇ ਇਸਤੇਮਾਲ ਦੇ ਵਿੱਚ ਜ਼ਿਆਦਾ ਬਿਜ਼ੀ ਆ ਪੈਸੇ ਦੀ ਦੌੜ ਦੇ ਵਿੱਚ ਜ਼ਿਆਦਾ ਬਿਜ਼ੀ ਆ ਸੋ ਇਹਨਾਂ ਗੱਲਾਂ ਨੂੰ ਤਰਜੀਹ ਸਾਨੂੰ ਹੁਣ ਮੈਨੂੰ ਇਸ ਲਕਹਣ ਦੇ ਵਿੱਚ ਕੋਈ ਗਰੇਜ਼ ਨਹੀਂ ਕਿ ਹੁਣ ਸਮਾਂ ਆ ਗਿਆ ਸਾਨੂੰ ਅਜੇ ਵੀ ਆਪਣੀ ਜ਼ਮੀਨੀ ਹਕਾਇਕ ਨੂੰ ਅਮਲੀ ਰੂਪ ਦੇ ਵਿੱਚ ਪਛਾਣ ਲੈਣਾ ਚਾਹੀਦਾ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇਨਸਾਨ ਇਨੀ ਤਰੱਕੀ ਕਰਕੇ ਵਾਪਸ ਉਹਨਾਂ ਆਪਣੇ ਪੁਰਾਣੇ ਭਾਂਡਿਆਂ ਵੱਲ ਉਹਨਾਂ ਵੱਲ ਆ ਰਿਹਾ ਹਾਲਾਂਕਿ ਕਿਹਾ ਇਹ ਜਾਣਦਾ ਹੈ ਕਿ ਜਦੋਂ ਵੀ ਇਨਸਾਨ ਨੇ ਤਰੱਕੀ ਕਰਨੀ ਹੋਵੇ ਤੇ ਉਹਨੂੰ ਆਪਣਾ ਜਿਹੜਾ ਪਿੰਡ ਛੱਡਣਾ ਪੈਂਦਾ ਆਪਣਾ ਗਰਾਹ ਜਿਹੜਾ ਛੱਡਣਾ ਪੈਂਦਾ ਤੇ ਜਾਂ ਫਿਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਤੋਂ ਅੱਗੇ ਵੱਧ ਕੇ ਕਿਉਂਕਿ ਜਿੰਨੀ ਦੇਰ ਇਨਸਾਨ ਤੁਰਦਾ ਨਹੀਂ ਉਤੋਂ ਤੱਕ ਉਹ ਅਗਲੇਰਾ ਆਪਦਾ ਜਿਹੜਾ ਜੀਵਨ ਹੈਗਾ ਅਗਲੀਆਂ ਦੀਆਂ ਚੀਜ਼ਾਂ ਉਹ ਦੇਖ ਨਹੀਂ ਸਕਦਾ ਪਰ ਤੁਹਾਨੂੰ ਲੱਗਦਾ ਹੈ ਕਿ ਇਹ ਤਜਰਬੇ ਜਿਹੜੇ ਆ ਸਾਰੀ ਤਰ੍ਹਾਂ ਦੇ ਕਰਕੇ ਦੇਖਣ ਦੀ ਜ਼ਰੂਰਤ ਨਹੀਂ ਆ ਇਸ ਵੇਲੇ 버ਗਰ ਪੀਜ਼ੇ ਇਹ ਸਾਰਾ ਕੁਝ ਸਾਡੀ ਖਾਦ ਖੁਰਾਕ ਦਾ ਹੀ ਹਿੱਸਾ ਨਹੀਂ ਸੀ ਪਰ ਜਦੋਂ ਹੁਣ ਏਜ ਜਿਹੜੀ ਲਿਮਟ ਆ ਉਹ ਜਿਹੜੀ ਸਿਮਟ ਕੀ 50 55 ਕ 40 ਤੋਂ ਬਾਅਦ ਇਨਸਾਨ ਨੂੰ ਲੱਗਣ ਲੱਗ ਜਾਂਦਾ ਕਿ ਵੀ ਮੈਂ ਬੁੱਢਾ ਹੋ ਗਿਆ ਤੁਹਾਨੂੰ ਲੱਗਦਾ ਕਿ ਤਰੱਕੀ ਕਰਨੀ ਠੀਕ ਹੈ ਪਰ ਤਜਰਬੇ ਹਰ ਇੱਕ ਤਰ੍ਹਾਂ ਦੇ ਕਰਨ ਦੀ ਲੋੜ ਹੈ ਜਾਇਜ਼ ਹੈ ਜਾਂ ਨਹੀਂ ਹੈ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਐਡਵਾਂਸਡ ਟੈਕਨੋਲੋਜੀਜ਼ ਹੋ ਗਈਆਂ ਨਾ ਤੇ ਉਹ ਵਰਸ਼ਨ ਆਫ ਫੋਮ ਉਹਦਾ ਮਤਲਬ ਇਹ ਹੈ ਕਿ ਹਰ ਬੰਦੇ ਦੇ ਵਿੱਚ ਇੱਕ ਫੀਅਰ ਰਹਿੰਦਾ ਹੈ ਜੀ ਕਿ ਉਹ ਮੈਂ ਆ ਚੀਜ਼ ਨਹੀਂ ਕੀਤੀ ਫਲਾਣੇ ਨੇ ਇੱਕ ਵੀਡੀਓ ਪਾ ਦਿੱਤੀ ਸੋਸ਼ਲ ਮੀਡੀਆ ਤੇ ਫਲਾਣਾ ਦੁਬਈ ਗਿਆ ਫਲਾਣਾ ਫਲਾਣੀ ਕੰਟਰੀ ਦੇ ਵਿੱਚ ਗਿਆ ਉੱਥੇ ਨੇ ਵੀਡੀਓ ਪਾਈ ਫੋਟੋਗ੍ਰਾਫਸ ਪਾਈਆਂ ਤੇ ਉਹ ਉਹ ਬੰਦੇ ਦੇ ਅੰਦਰ ਇੱਕ ਫੀਅਰ ਕ੍ਰੀਏਟ ਹੁੰਦਾ ਇਨਫਿਉਰਿਟੀ ਕੰਪਲੈਕਸਡ ਹੁੰਦਾ ਇੱਕ ਅਹਿਸਾਸੇ ਕਮਜ਼ੋਰੀ ਕ੍ਰੀਏਟ ਹੋ ਜਾਂਦਾ ਜਿਸ ਦੇ ਨਾਲ ਬੰਦਾ ਆਪਣੇ ਆਪ ਨੂੰ ਪਿੱਛੇ ਸਮਝਦਾ ਉਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਹੜੇ ਐਡਵਾਂਸ ਵਰਲਡ ਹੈ ਗਿਆ ਉਹ ਸਮਝਣਾ ਚਾਹੀਦਾ ਕਿ ਅੱਜ ਹਾਈਲੀ ਡਿਪਰੈਸਡ ਆ ਪੋਪੂਲੇਸ਼ਨ ਜਿਹੜੀ ਐ ਐਡਵਾਂਸਡ ਵਰਲਡਸ ਵਿੱਚ ਹੈਗੀ ਆ ਜਿੰਨੇ ਅਸੀਂ ਕਿਸੇ ਪਸਮਾਨਦਗੀ ਦੇ ਵਿੱਚ ਬੈਕਵਰਡਨੈਸ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਸਿਹਤ ਨੂੰ ਵੀ ਜਨਮ ਦਿੰਦੀ ਆ ਜਿਸ ਦੀ ਗੱਲ ਯਾਦ ਰੱਖੋ ਤੇ ਕਿਉਂਕਿ ਜਿੱਥੇ ਪਸਮਾਨਦਗੀ ਹੋਊਗੀ ਬੈਕਵਰਡਨੈਸ ਹੋਊਗੀ ਉੱਥੇ ਸਰੀਰਕ ਐਫਰਟਸ ਜ਼ਿਆਦਾ ਹੋਣਗੀਆਂ ਲੋਕ ਪਾਣੀ ਭਰਦੇ ਆ ਲੋਕ ਨਲਕਾ ਚਲਾਉਂਦੇ ਆ ਲੋਕ ਖੂਹ ਤੋਂ ਪਾਣੀ ਲੈਂਦੇ ਸੀ ਖੇਤਾਂ 'ਚ ਕੰਮ ਕਰਦੇ ਸੀ ਉਹ ਪਸਮਾਨਦਗੀ ਨਹੀਂ ਸੀ ਉਹ ਸਾਡੇ ਪੰਜਾਬ ਦਾ ਇੱਕ ਪ੍ਰੈਕਟੀਕਲ অর ਰੀਅਲ ਇੱਕ ਰੂਪ ਸੀਗਾ ਜਿਹਦੇ ਨਾਲ ਬਹੁਤ ਤੰਦਰੁਸਤ ਲੋਕ ਹੁੰਦੇ ਸੀ ਪੰਜਾਬੀ ਕੌਮ ਤੁਸੀਂ ਸਮਝ ਸਕਦੇ ਹੋ ਦਲੇਰਾਂ ਬਹਾਦਰਾਂ ਦੀ ਜਿਨ੍ਹਾਂ ਨੇ ਪੂਰੇ ਦੇਸ਼ੋ ਦੁਨੀਆ ਦੇ ਵਿੱਚ ਪੰਜਾਬ ਦਾ ਦੇਸ਼ ਦਾ ਨਾਮ ਉੱਚਾ ਕੀਤਾ ਤੇ ਅੱਜ ਵੀ ਪੰਜਾਬੀ ਉਸੇ ਹੀ ਜਜ਼ਬੇ ਦੇ ਨਾਲ ਜੰਗਜੂ ਹੋ ਕੇ ਸਾਡੇ ਦੇਸ਼ ਕੌਮ ਲਈ ਕੰਮ ਕਰਦੇ ਆ ਸੋ ਇਸ ਕਰਕੇ ਤਾਂ ਹੀ ਸੀਗਾ ਕਿ ਪੰਜਾਬ ਦੇ ਵਿੱਚ ਸਾਡਾ ਵਿਰਾਸਤ ਕਲਚਰ ਹੈਰੀਟੇਜ ਜਿਹੜੀ ਸਾਡੀ ਸਕਾਫਤ ਆ ਉਹਨੂੰ ਅਸੀਂ ਭੁੱਲੇ ਨਹੀਂ ਖਾਣ ਪੀਣ ਨੂੰ ਨਹੀਂ ਭੁੱਲੇ ਡਰੈਸਿੰਗ ਨੂੰ ਨਹੀਂ ਭੁੱਲੇ ਕੱਪੜੇ ਪਾਉਣ ਦੇ ਤਰੀਕੇ ਨੂੰ ਨਹੀਂ ਭੁੱਲੇ ਕਿਸ ਤਰ੍ਹਾਂ ਵਿਚਰਨਾ ਉਹਨੂੰ ਨਹੀਂ ਭੁੱਲੇ ਪੁਰਾਣੇ ਲੋਕ ਅੱਜ ਵੀ ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਪਰ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਜ਼ਰੂਰ ਹੋਈ ਹੈ ਸਰ ਕਿ ਕੁਝ ਸ਼ਬਦ ਜਿਹੜੇ ਆ ਸਾਡੀ ਪੀੜ੍ਹੀ ਦੇ ਦਿਮਾਗ ਦੇ ਵਿੱਚ ਫਸ ਗਏ ਹੋਏ ਆ ਆ ਜਿਹਦੇ ਨਾਲ ਲਾਇਨ ਲੱਗਦਾ ਕਿ ਖੁਸ਼ੀ ਘੱਟ ਤੇ ਗਮੀ ਜਿਹੜੀ ਆ ਉਹਨਾਂ ਦੇ ਅੰਦਰ ਜਿਹੜਿਆ ਦੁੱਖ ਦਾ ਅਹਿਸਾਸ ਜ਼ਿਆਦਾ ਪਲ ਰਹੀ ਆ ਇੱਕ ਸਟੈਂਡਰਡ ਨਾਮ ਦਾ ਸ਼ਬਦ ਹੈ ਜਿਹੜਾ ਕਿਤੇ ਨਾ ਕਿਤੇ ਦਿਮਾਗਾਂ ਚ ਫਸ ਗਿਆ ਸਟੈਂਡਰਡ ਕੀ ਇਹੀ ਹੁੰਦਾ ਕਿ ਤੁਸੀਂ ਵੱਡੀਆਂ ਗੱਡੀਆਂ ਜਾਂ ਵੱਡੇ ਘਰਾਂ ਦੇ ਵਿੱਚ ਰਹਿਣਾ ਜਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਪਹਿਲਾਂ ਇੱਕ ਸਾਂਝ ਮੁਹੱਬਤ ਹੁੰਦੀ ਸੀ ਨੀਰਾ ਸਵੇਰਾ ਹੋ ਜੇ ਤੇ ਪਿੰਡ ਦੇ ਵਿੱਚ ਕਿਸੇ ਨੇ ਰਿਮੋਟ ਤੇ ਖੜੇ ਕਿਸੇ ਨੂੰ ਡਰ ਨਹੀਂ ਸੀ ਲੱਗਦਾ ਪਤਾ ਹੁੰਦਾ ਸੀ ਕਿ ਮੈਨੂੰ ਕੋਈ ਨਾ ਕੋਈ ਲੈ ਕੇ ਜ਼ਰੂਰ ਜਾਊਗਾ ਅੱਜ ਸਾਡੇ ਕੋਲ ਬਹੁਤ ਸਾਰੀਆਂ ਸਹੂਲਤਾਂ ਦੇ ਬਾਵਜੂਦ ਆ ਕਿਤੇ ਨਹੀਂ ਹਨੇਰਾ ਹੋ ਜੇ ਤੇ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਕੋਈ ਹੈ ਨਹੀਂ ਜਿਹੜਾ ਸਟੈਂਡਰਡ ਸ਼ਬਦ ਹੈ ਇਹਦਾ ਅਸਲੀ ਅਰਥ ਕੀ ਹੈ ਤੇ ਇਹ ਜਿਸ ਤਰੀਕੇ ਨਾਲ ਹੁਣ ਮੈਂਟੇਨ ਕੀਤਾ ਜਾ ਰਿਹਾ ਇਹ ਜਾਇਜ਼ ਆ ਜਾਂ ਗਲਤ ਹੈ ਦੇਖੋ ਜੇ ਸਟੈਂਡਰਡ ਵਰਡ ਉਹਦੀ ਬਹੁਤ ਸਾਰੇ ਐਬ੍ਰੇਵੀਏਸ਼ਨਸ ਹੋ ਸਕਦੀਆਂ ਪਰ ਮੇਰੀ ਨਜ਼ਰ ਦੇ ਨਜ਼ਦੀਕ ਇਸ ਵੇਲੇ ਹੀ ਸਮਝ ਆਉਂਦਾ ਕਿ ਜਿਸ ਇਨਸਾਨ ਦਾ اخلاق ਅੱਛਾ ਹੈ ਕਿਰਦਾਰ ਅੱਛਾ ਜਿਸ ਇਨਸਾਨ ਦੀ ਸੋਚ ਅੱਛੀ ਆ ਜਿਸ ਇਨਸਾਨ ਨੇ ਆਪਣੀ ਰੂਟਸ ਨੂੰ ਅਜੇ ਵੀ ਸੰਜੋਆ ਅਜੇ ਵੀ ਆਪਣੀ ਜੜ੍ਹਾਂ ਦੇ ਨਾਲ ਜੁੜ ਕੇ ਰਹਿੰਦਾ ਹੈ ਜਿਹੜਾ ਬੰਦਾ ਕਮਿਊਨੀਕੇਸ਼ਨ ਦੇ ਵਿੱਚ ਅੱਛਾ ਜਿਹੜਾ ਬੰਦਾ ਮੈਡੀਟੇਸ਼ਨ ਦੇ ਵਿੱਚ ਅੱਛਾ ਪਾਠ ਪੂਜਾ ਦੇ ਵਿੱਚ ਧਿਆਨ ਦਿੰਦਾ ਔਰ ਉਹ ਅੱਛਾ ਭੋਜਨ ਖਾਂਦਾ ਆ ਅੱਛਾ ਪਾਣੀ ਪੀਂਦਾ ਆ ਉਹ ਲੋਕਾਂ ਦੀ ਸੇਵਾ ਦੇ ਵਿੱਚ ਕਿਤੇ ਨਾ ਕਿਤੇ ਉਹ ਮਬਤਲਾ ਰਹਿੰਦਾ ਹੈ ਅਗਰਸ ਰਹਿੰਦਾ ਹੈ ਤੇ ਫਿਰ ਉਹ ਵਿਅਕਤੀ ਜਿਹੜਾ ਉਹਦਾ ਸਟੈਂਡਰਡ ਹੈ ਜੇ ਮੈਂ ਇਸ ਵਰਡ ਨੂੰ ਇਸ ਤਰ੍ਹਾਂ ਐਬ੍ਰਿਵੀਏਟ ਕਰਾਂ ਉਹਨਾ ਮੈਂ ਸਟਾਰ ਬਹੁਤ ਉੱਚਾ ਸਮਝਦਾ ਉਹ ਹੀ ਅਸਲੀ ਜੀਵਨ ਦੀ ਪ੍ਰਣਾਲੀ ਹੋਣੀ ਚਾਹੀਦੀ ਆ ਨਾ ਕਿ ਜਿਹਦੇ ਕੋਲ ਜ਼ਿਆਦਾ ਗੱਡੀਆਂ ਹੋਣ ਕਾਰਾਂ ਹੋਣ ਉਹ ਬੰਦੇ ਨੂੰ ਜ਼ਿਆਦਾ ਵੱਡਾ ਸਮਝਿਆ ਜਾਵੇ ਸੁਸਾਇਟੀ ਜਿਹੜੀ ਆ ਜਿਹੜੇ بڑے بڑے ਅੱਛੇ ਲੋਕ ਪੰਜਾਬ ਦੀ ਧਰਤੀ ਦੇ ਉੱਤੇ ਭਗਤਪੂਰਨ ਸਿੰਘ ਜੀ ਵਰਗੇ ਜਿਨ੍ਹਾਂ ਨੇ ਸਾਰੀ ਉਮਰ ਗੱਲ ਕੀਤੀ ਕਿ ਪੈਦਲ ਚੱਲਣਾ ਚਾਹੀਦਾ ਕਾਰਾਂ ਮੋਟਰਾਂ ਗੱਡੀਆਂ ਤੋਂ ਬਚਣਾ ਚਾਹੀਦਾ ਤੁਸੀਂ ਦੇਖੋ ਕਿੰਨਾ ਪੋਲੂਸ਼ਨ ਕ੍ਰੀਏਟ ਕਰ ਰਹੀਆਂ ਕਾਰਸ ਕਿੰਨਾ ਜਿੰਨੇ ਵਹੀਕਲਸ ਵਧ ਰਿਹਾ ਹੁਣ ਅਸੀਂ ਇਲੈਕਟ੍ਰਿਕ ਵਹੀਕਲਸ ਵੱਲ ਤੇ ਜਾ ਰਹੇ ਹਾਂ ਪਰ ਪੈਟਰੋਲ ਡੀਜ਼ਲ ਇਹਨਾਂ ਦੇ ਜਿਹੜੇ ਵਹੀਕਲਸ ਹੈ ਉਹਨਾਂ ਨੇ ਕਿੰਨਾ ਪੋਲਿਊਟ ਕੀਤਾ ਸਾਡੀ ਧਰਤੀ ਨੂੰ ਨਰਾਜ਼ ਕੀਤਾ ਕਹਿ ਸਕਦੇ ਹਾਂ ਫਿਰ ਕੁਦਰਤ ਨੇ ਆਪਣੀਆਂ ਜਿੱਥੇ ਖੂਬਸੂਰਤੀ ਦਿਖਾਉਂਦੀ ਸੀ ਕੁਦਰਤ ਜਿੱਥੇ ਨਜ਼ਾਰੇ ਹੁੰਦੇ ਸੀ ਉੱਥੇ ਤੁਸੀਂ ਦੇਖੋ ਅਨਕਰੋਪੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਫਲਡਸ ਆ ਰਹੇ ਆ ਡੀਫੋਰੈਸਟੇਸ਼ਨ ਹੋ ਰਹੀ ਆ ਜ਼ਮੀਨ ਖਿਸਕ ਰਹੀ ਆ ਕਿਤੇ ਪਹਾੜਾਂ ਦੇ ਵਿੱਚ ਇਦਾਂ ਦੀਆਂ ਸਾਨੂੰ ਐਕਸੀਡੈਂਟਸ ਦੇਖਣ ਨੂੰ ਮਿਲ ਰਹੇ ਸਾਰੀਆਂ ਗੱਲਾਂ ਕੁਦਰਤੀ ਮਾਮਲਿਆਂ ਦੇ ਵਿੱਚ ਛੇੜਛਾੜ ਕਰਨੀ ਤਰੱਕੀ ਵੱਲ ਜ਼ਿਆਦਾ ਰਾਗਿਬ ਹੋਣਾ ਫਿਰ ਇਹ ਸਮਝਣਾ ਕਿ ਜੇ ਜ਼ਿਆਦਾ ਬਿਲਡਿੰਗਸ ਵੱਡੀਆਂ ਹੋਣਗੀਆਂ ਤੇ ਜ਼ਿਆਦਾ ਤਰੱਕੀ ਸਮਝੀ ਜਾਊਗੀ ਜੇ ਜ਼ਿਆਦਾ ਲੋਕਾਂ ਕੋ ਪੈਸਾ ਹੋਊਗਾ ਜ਼ਿਆਦਾ ਤਰੱਕੀ ਸਮਝੀ ਜਾਊਗੀ ਜਿਆਦੀ ਵੱਡੀ ਜੌਬ ਹੋਊਗੀ ਕਿਤੇ ਗਲਫ ਜਿਹੜੀ ਆ ਉਹਦੀ ਪਰਿਭਾਸ਼ਾ ਸੀ ਆਪਣੇ ਦਿਮਾਗਾਂ ਦੇ ਵਿੱਚ ਫਿਕਸ ਕਰ ਉਹ ਗਲਫ ਇਸ ਕਰਕੇ ਹੀ ਆ ਕਿਉਂਕਿ ਇਹੀ ਕਾਰਨ ਬਣਦਾ ਤੁਹਾਡੇ ਡਿਪਰੈਸ਼ਨ ਦਾ ਐਡਵਾਂਸ ਵਰਲਡ ਜਿਹੜੇ ਹਾਈਲੀ ਡਿਪਰੈਸਡ ਨੇ ਅਰਬਾਂ ਡਾਲਰਸ ਦੀ ਜਿਹੜੀ ਉਥੇ ਡਿਪਰੈਸਿਵ ਜਿਹੜੀ ਮੈਡੀਸਨ ਹੁੰਦੀਆਂ ਉਹ ਵਿਕਦੀਆਂ ਉਹਦਾ ਕਾਰਨ ਹੀ ਇਹ ਹੈਗਾ कि ਅਸੀਂ ਜਿੰਦਗੀ ਦੇ ਵਿੱਚ ਠਹਿਰਾਵ ਨੂੰ ਘਟਾ ਲਿਆ ਸਪੀਡ ਵਧਾ ਲਈ ਹਰ ਇੱਕ ਦੇ ਨਾਲ ਕੰਪੀਟੀਸ਼ਨ ਦੀ ਭਾਵਨਾ ਕਿਸੇ ਨੇ ਕੱਪੜੇ ਵਧੀਆ ਪਾਏ ਤਾਂ ਸਾਨੂੰ ਫੀਲ ਹੁੰਦਾ ਕਿ ਅਸੀਂ ਮਾੜੇ ਪਾਏ ਜੇ ਅਸੀਂ ਖੁਰਾਕ ਜੇ ਅਸੀਂ ਨਜਾਇਜ਼ ਜਿਹੜੀਆਂ ਪਰੇਸ਼ਾਨੀਆਂ ਆਪਣੇ ਦਿਮਾਗ ਦੇ ਵਿੱਚ ਅਸੀਂ ਇਹ ਫਾਸਟ ਫੂਡ ਖਾਂਦੇ ਆ ਬਗ ਪੀਜ਼ਾਜ਼ ਖਾਂਦੇ ਆ ਕੋਲਡ ਡਰਿੰਕਸ ਪੀਂਦੇ ਆ ਸੌਫਟ ਡਰਿੰਕਸ ਪੀਂਦੇ ਆ ਉਹਨਾਂ ਦੇ ਨਾਲੋਂ ਪਹਿਲਾਂ ਸਮਾਂ ਅਸੀਂ ਲੱਸੀ ਪਿੰਦੇ ਸੀ ਲੋਕ ਨਿੰਬੂ ਪਾਣੀ ਪੀਂਦੇ ਸੀ ਉਹ ਅਲਕਲਾਈਨ ਮਟੀਰੀਅਲ ਸਿਹਤ ਨੂੰ ਵੀ ਅੱਛਾ ਰੱਖਦਾ ਸੀ ਉਹਨੇ ਕਾਰਬੋਨੇਟਡ ਵਾਟਰਸ ਆ ਇਦੇ ਨਾਲ ਸਿਹਤ ਜਿੱਥੇ ਸਿਹਤ ਦੇ ਵਿੱਚ ਖਰਾਬਾ ਆਉਂਦਾ ਉੱਥੇ ਹੀ ਸਾਡੀ ਜਿਹੜੀ ਮਾਨਸਿਕ ਇੱਕ ਤਕਾਜ਼ਾ ਹੈਗਾ ਉਹ ਤوازن ਹੈਗਾ ਉਹ ਵੀ ਇੰਬੈਲੈਂਸ ਕਿਤੇ ਨਾ ਕਿਤੇ ਹੁੰਦਾ ਫਾਸਟ ਫੂਡ ਦੇ ਵਿੱਚ ਅਜੀਨੋ ਮੋਟੋ ਪੈਂਦਾ ਉਹ ਨਾਲ ਸਾਡੇ ਬ੍ਰੇਨ ਦੇ ਨਿਊਰॉन्स ਜਿਹੜੇ ਆ ਉਹ ਸਲੋ ਡਾਊਨ ਹੁੰਦੇ ਆ ਸਾਡੀ ਸੋਚਨ ਸ਼ਕਤੀ ਦੇ ਵਿੱਚ ਘਾਟ ਆਉਂਦੀ ਹੈ ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਕਲੈਬੋਰੇਟਿਵ ਤਰੀਕੇ ਨਾਲ ਅਸੀਂ ਦੇਖੀਏ ਤੇ ਇਹ ਸਾਡੇ ਜੀਵਨ ਪ੍ਰਣਾਲੀ ਨੂੰ ਰੋਕਦੀਆਂ ਇਹ ਕਿਤੇ ਵੀ ਐਡਵਾਂਸਮੈਂਟ ਮੈਨੂੰ ਨਹੀਂ ਸਮਝਦਾ ਮਾਡਰਨ ਇਹਨੂੰ ਨਹੀਂ ਸਮਝਦਾ ਮੈਂ ਮਾਡਰਨ ਉਸ ਬੰਦੇ ਨੂੰ ਸਮਝਦਾ ਜਿਹੜਾ ਅੱਜ ਵੀ ਕਿਤਾਬਾਂ ਦੇ ਨਾਲ ਜੁੜਿਆ ਹੋਵੇ ਜਦੀ ਸਿਹਤ ਅੱਛੀ ਹੋਵੇ ਜਿਹਦਾ ਕਰਤਾਰ ਅੱਛਾ ਹੋਵੇ ਜਿਹੜਾ ਕੋਈ ਸਮਾਜ ਨੂੰ ਕੋਈ ਦਿਸ਼ਾ ਨਿਰਦੇਸ਼ ਦੇ ਸਕਦਾ ਹੋਵੇ ਉਹ ਬੰਦਾ ਮਾਡਰਨ ਹੋ ਸਕਦਾ ਰੁੱਖਾਂ ਦੀ ਗੱਲ ਕਰੇ ਜ਼ਮੀਨ ਦੀ ਗੱਲ ਕਰੇ ਪਰਿਵਾਰਾਂ ਨੂੰ ਜੋੜਨ ਦੀ ਗੱਲ ਕਰੇ ਸਮਾਜ ਦੀ ਹਾਂ ਪੱਕੀ ਅੰਗਸ ਨੂੰ ਦੇਖੇ ਨਾ ਕਿ ਇੱਕ ਬੰਦਾ ਸਿਰਫ ਪੈਸਾ ਹੀ ਲਈ ਫਿਰਦਾ ਹੋਰੋ ਦੇ ਕੋਲ ਕੋਈ ਕਿਰਦਾਰ ਨਹੀਂ ਕੋਈ ਚੀਜ਼ ਨਹੀਂ ਪਹਿਲਾਂ ਪਹਿਲਾਂ ਇਹ ਹੁੰਦਾ ਸੀਗਾ ਕਿ ਅ ਬਜ਼ੁਰਗਾਂ ਦਾ ਤਜਰਬਾ ਵਰਤਦੇ ਹੁੰਦੇ ਸੀ ਜਿਹੜੀ ਨੌਜਵਾਨ ਪੀੜ੍ਹੀ ਆਪਣੀ એનર્ਜੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਕਰਕੇ ਬਹੁਤ ਕਮਾਲ ਹੁੰਦਾ ਸੀ ਚਾਹੇ ਉਹ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਲੈ ਕੇ ਘਰ ਦੀਆਂ ਜ਼ਿੰਮੇਵਾਰੀਆਂ ਵੰਡਣ ਤੱਕ ਦਾ ਹੋਵੇ ਬਜ਼ੁਰਗਾਂ ਦੀ ਪੁੱਛਗਿੱਛ ਬਰਾਬਰ ਹੁੰਦੀ ਸੀ ਬਜ਼ੁਰਗ ਜਿਹੜੇ ਅੱਜ ਕੱਲ ਨਵੀਆਂ-ਨਵੀਆਂ ਚੀਜ਼ਾਂ ਹੋ ਜਾਂਦੀਆਂ ਕੀ ਕਦੇ ਭੁੱਲਣ ਦੀ ਬਿਮਾਰੀ ਹੋ ਗਈ ਕਦੇ ਕੋ ਸ਼ੂਗਰ ਚੀਜ਼ਾਂ 'ਚ ਨਹੀਂ ਸੀ ਜਾਣਦੇ ਤੁਹਾਨੂੰ ਲੱਗਦਾ ਕਿ ਇੱਕ ਸ਼ਬਦ ਹੋਰ ਜਿਹੜਾ ਸਾਡੇ ਦਿਮਾਗਾਂ ਦੇ ਵਿੱਚ ਫਿਕਸ ਹੋ ਗਿਆ ਇਹਨੂੰ ਬਦਲਣ ਦੀ ਲੋੜ ਹੈ ਵੀ ਆਰ ਆਲਵੇਜ਼ ਰਾਈਟ ਜੇ ਨੌਜਾਨ ਪੀੜੀ ਨੂੰ ਲੱਗਦਾ ਕਿ ਮੈਂ ਸਹੀ ਤੇ ਦੂਜੇ ਦੀ ਗੱਲ ਸੁਣਨ ਦੀ ਸਮਝਣ ਦੀ ਸਮਰੱਥਾ ਸੀ ਖਤਮ ਕਰ ਲਈਆ ਇਹਨਾਂ ਚੀਜ਼ਾਂ ਨੂੰ ਵੀ ਬਦਲਣ ਦੀ ਲੋੜ ਲੱਗਦੀ ਆ ਤਾਂ ਬਹੁਤ ਇਹ ਵੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਆ ਕਿ ਪੁਰਾਣੇ ਜਿਹੜੇ ਬਜ਼ੁਰਗ ਸੀ ਸਾਡੇ ਸੀਨੀਅਰਸ ਜਿਹੜੇ ਸੀ ਉਹਨਾਂ ਕੋਲ ਜੇ ਨਜ਼ਰ ਸੀ ਤੇ ਨਜ਼ਰੀਆ ਵੀ ਸੀ ਉਹਨਾਂ ਕੋਲ ਵਿਜ਼ਨ ਵੀ ਸੀ ਤੇ ਸਾਡੀ ਜਿਹੜੀ ਯੂਥ ਯੁਵਾ ਪੀੜੀ ਆ ਉਹਨਾਂ ਨੂੰ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਕੋਲ ਲੈਸਨਸ ਲਰਨ ਕਰਕੇ ਸਿੱਖ ਕੇ ਆਪਣੀ ਤਾਕਤ ਜ਼ਿੰਦਗੀ ਦੇ ਵਿੱਚ ਬਣਾ ਲੈਣੀ ਚਾਹੀਦੀ ਆ ਜੇ ਅਸੀਂ ਨਜ਼ਰ ਬਦਲਾਂਗੇ ਤੇ ਸਾਡੇ ਨਜ਼ਾਰੇ ਆਪਣੇ ਆਪ ਹੀ ਬਦਲ ਜਾਣਗੇ ਤੇ ਉਹ ਸਾਰੀ ਚੀਜ਼ਾਂ ਕਰ ਲਈ ਸਾਨੂੰ ਆਪਣੇ ਜੋ ਹਿਸਟੋਰੀਕਲ ਮੈਥਡਸ ਹੈਗੇ ਆ ਪੁਰਾਤਨ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ ਕੀ ਸਟਰਗਲਸ ਫੇਸ ਕੀਤੇ ਕਿੰਨੀਆਂ ਹਾਰਡਸ਼ਿਪਸ ਕੀਤੀਆਂ ਸਾਨੂੰ ਇੱਥੇ ਤੱਕ ਲਿਆਉਣ ਲਈ ਜੋ ਐਫਰਟਸ ਕੀਤੇ ਉਹਨਾਂ ਸਾਰੀਆਂ ਗੱਲਾਂ ਨੂੰ ਵਾਚਣਾ ਚਾਹੀਦਾ ਕੋਖਣਾ ਚਾਹੀਦਾ ਸਮਝਣਾ ਚਾਹੀਦਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰ ਲੈਣਾ ਚਾਹੀਦਾ ਪੁਰਾਣੇ ਸਮੇਂ ਦੇ ਵਿੱਚ ਲੋਕ ਮਾਫ ਕਰਨਾ ਬਹੁਤ ਪਸੰਦ ਕਰਦੇ ਸੀ ਔਰ ਲੋਕ ਸਬਰ ਕਰਨਾ ਬਹੁਤ ਪਸੰਦ ਕਰਦੇ ਸੀ ਗੱਲ ਸੁਣਨ ਦੀ ਸਮਰੱਥਾ ਹੁੰਦੀ ਸੀ ਉਹਨਾਂ ਦੇ ਵਿੱਚ ਲੋਕਾਂ ਦਾ ਈਮਾਨ ਤਾਜ਼ਾ ਰਹਿੰਦਾ ਸੀ ਲੋਕ ਇੱਕ ਦੂਸਰੇ ਨੂੰ ਮਿਲ ਕੇ ਖੁਸ਼ ਹੁੰਦੇ ਸੀ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਗੈਸਟ ਆ ਜਾਂਦਾ ਸੀ ਤੇ ਲੋਕ ਫੁੱਲੇ ਨਹੀਂ ਸਮੋਂਦੇ ਸੀ ਲੋਕ ਬੜੇ ਖੁਸ਼ ਹੁੰਦੇ ਸੀ ਕਿ ਅੱਜ ਸਾਡੇ ਪ੍ਰੋਣਾ ਆਇਆ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਗੈਸਟ ਵੀ ਕਿਸੇ ਦੇ ਘਰ ਜਾਂਦਾ ਤੇ ਸਭ ਤੋਂ ਪਹਿਲਾਂ ਵਾਈਫਾਈ ਦਾ ਪਾਸਵਰਡ ਮੰਗਦਾ ਔਰ ਹਾਈਲੀ ਡਿਪਰੈਸਿਵ ਮਾਹੌਲ ਇੱਕ ਬਣ ਜਾਂਦਾ ਹਰ ਬੰਦਾ ਆਪਣੇ ਰੂਮ ਦੇ ਵਿੱਚ ਕੈਦਿਆ ਜਿੱਥੇ ਯੂਥ ਦੀ ਵੀ ਇਹਨਾਂ ਗੱਲਾਂ ਵੱਲ ਤਰਜੀਹ ਜ਼ਿਆਦਾ ਆ ਉਥੇ ਕਈ ਮਾਮਲਿਆਂ ਦੇ ਵਿੱਚ ਬਜ਼ੁਰਗ ਵੀ ਜਿਹੜੇ ਆ ਉਹ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਦੇ ਨਾਲ ਜੁੜ ਗਏ ਆ ਉਹ ਵੀ ਪਰਿਵਾਰਾਂ ਨੂੰ ਓਨੀ ਤਰਜੀਹ ਦੇਣਾ ਪਸੰਦੀ ਨਹੀਂ ਕਰਦੇ ਸੋ ਇਸ ਕਰਕੇ 올 ਐਨ 올 ਮਿਕਸ ਐਂਡ ਮੈਚ ਜਿਹੜਾ ਇਹ ਬਣਦਾ ਆ ਚੰਗੇ ਲੋਕਾਂ ਨੂੰ ਅੱਛੇ اخلاق ਪੈਦਾ ਕਰਕੇ ਹਰ ਗੱਲ ਸਿੱਖਣ ਤੇ ਆਉਂਦੀ ਆ ਕਿਸੇ ਵੀ ਬੰਦੇ ਨੇ ਜੇ ਅچھے اخلاق ਸਿੱਖ ਲਏ ਮਿਹਨਤ ਕਰਨੀ ਸਿੱਖ ਲਈ ਹਾਰਡਸ਼ਿਪਸ ਨੂੰ ਫੇਸ ਕਰਨਾ ਸਿੱਖ ਲਿਆ ਘੱਟ ਵਸਾਇਲ ਹੋਣ ਦੇ ਬਾਵਜੂਦ ਵੀ ਲਾਈਫ ਦੇ ਵਿੱਚ ਸਟੈਪ ਬਾਈ ਸਟੈਪ ਕੰਮ ਕਰਨਾ ਪਸੰਦ ਕਰ ਲਿਆ ਕਈ ਵਾਰ ਇਨਸਾਨ ਸੋਚਦਾ ਕਿ ਮੈਂ ਡਾਇਰੈਕਟ ਹੀ ਸਿੱਧਾ ਸਕਸੈਸ ਨੂੰ ਅਚੀਵ ਕਰ ਲਾਂ ਪਰ ਸਕਸੈਸ ਜਿਹੜੀ ਹੈ ਉਹ ਪੈਸਾ ਕਮਾਉਣਾ ਵੱਡੀਆਂ ਓਪਰਚ्युनिटीਜ਼ ਲੈਣਾ ਵੱਡੀਆਂ ਨੌਕਰੀਆਂ ਲੈਣਾ ਅਫਸਰ ਬਣ ਜਾਣਾ ਵੱਡੇ ਡਾਕਟਰ ਬਣ ਜਾਣਾ ਇੰਜੀਨੀਅਰ ਬਣ ਜਾਣਾ ਇਹ ਸਕਸੈਸ ਨਹੀਂ ਹੈਗੀ ਸਕਸੈਸ ਤੇ ਇਹ ਹੈਗੀ ਹੈ ਕਿ ਬੰਦਾ ਉਹ ਕਹਿੰਦੇ ਨੇ ਚਾਹ ਮਿੱਟੀ ਚਿੰਤਾ ਮਿਟੀ ਮਨਵਾ ਬੇਪਰਵਾਹ ਜਿਸ ਕੋ ਕੁਝ ਨਹੀਂ ਚਾਹੀਏ ਵਹੀ ਸ਼ਹਿਨशाह ਕਿ ਜਿਹੜੇ ਵਿਅਕਤੀ ਨੂੰ ਜੇ ਉਹਦੀਆਂ ਨੀਡਸ ਘਟਾ ਹੈ ਉਹਦੀ ਡਿਮਾਂਡਸ ਘਟਾ ਹੈ ਤੇ ਫਿਰ ਉਹ ਆਪਣੇ ਆਪ ਦੇ ਵਿੱਚ ਰਾਜਾ ਹੈਗਾ ਜਿਹਦਾ ਸੇਧਮਨ ਸਰੀਰ ਆ ਉਹ ਥੋੜੀ ਖਰਾਕ ਦੇ ਵਿੱਚ ਅਲਪ ਨਿਦਰਾ ਅਲਪ ਹਾਰ ਤੇ ਥੋੜਾ ਖਾਣਾ ਥੋੜਾ ਸੋਣਾ ਔਰ ਅਚੀ ਲਾਈਫ ਜੀਤ ਕਰਦਾ ਉਹ ਮੈਂ ਸਮਝਦਾ ਅੱਜ ਦੇ ਸਮੇਂ ਦੇ ਵਿੱਚ ਰਾਜਾ ਹੀ ਆ ਮਾਡਰਨ ਸਿਸਟਮ ਦੇ ਵਿੱਚ ਉਹ ਆਪਣੀ ਸਪੀਡ ਘਟਾ ਕੇ ਆਪਣੀ ਵੱਖਰੀ ਤਰੀਕੇ ਦੇ ਨਾਲ ਜ਼ਿੰਦਗੀ ਵੀ ਬਤੀਤ ਕਰ ਸਕਦਾ ਬਿਲਕੁਲ ਅ ਤਰੱਕੀ ਜਿਹੜੀ ਆ ਉਹ ਬੁਰੀ ਚੀਜ਼ ਨਹੀਂ ਆ ਤਰੱਕੀ ਕਰਨਾ ਹਰ ਇੱਕ ਦਾ ਫਰਜ਼ ਵੀ ਆ ਸਾਡਾ ਫਰਜ਼ ਹੈ ਕਿ ਅਸੀਂ ਜਿਹੜੇ ਜਿਹੜਾ ਅੱਜ ਹੈ ਕੱਲ ਨੂੰ ਇਸ ਤੋਂ ਵੀ ਹੋਰ ਬਿਹਤਰ ਬਣਾਈਏ ਪਰ ਜ਼ਰੂਰੀ ਹੈਗਾ ਕਿ ਆਪਣੀਆਂ ਕਦਰਾਂ ਕੀਮਤਾਂ ਕੀਮਤਾ ਜਿਹੜੀਆਂ ਉਹਨਾਂ ਨੂੰ ਨਾ ਭੁੱਲੀਏ ਕਿਉਂਕਿ ਇਹ ਹੀ ਕਿਤਨਾ ਕਿਤੇ ਸਾਡੀ ਪਰੇਸ਼ਾਨੀ ਦਾ ਕਾਰਨ ਬਣਦੀ ਆ ਕਿ ਬਹੁਤ ਤਰੱਕੀ ਅਸੀਂ ਹਾਸਲ ਕਰਨ ਦੇ ਬਾਵਜੂਦ ਵੀ ਜੇ ਪਰੇਸ਼ਾਨ ਆ ਤਾਂ तरक्की का फायदा की, की। प्रोग्राम गलों से गीत है इस वे वक्त हो गया गीत मिलते हैं गीत द उस बार आ, ਨਾ ਖੂਬਸੂਰਤ ਗੀਤ ਆ ਸੋਣਿਆ ਵੇ ਜਗ ਜਿਉਂਦਿਆਂ ਦੇ ਮੇਲੇ ਸੋ ਜਿਉਂਦੇ ਜੀ ਮੇਲੇ ਨੇ ਤੇ ਫਾਲਤੂ ਦੇ ਝਗੜੇ ਸੁਮੇਲਿਆਂ ਚ ਇਸ ਖੂਬਸੂਰਤ ਜ਼ਿੰਦਗੀ ਨੂੰ ਜ਼ਾਇਆ ਕੀਤੇ ਬਿਨਾ ਚਾਹੀਦਾ ਕਿ ਚੜ੍ਹਦੀ ਕਲਾ ਨਾਲ ਇੱਕ ਦੂਜੇ ਨੂੰ ਖੁਸ਼ੀਆਂ ਵੰਡੇ ਹੋਏ ਇਸ ਜ਼ਿੰਦਗੀ ਨੂੰ ਜਿਉਂ ਕੇ ਇਸ ਦੁਨੀਆ ਤੋਂ ਰੁਖਸਤ ਹੋਈਏ ਸੋ ਅੱਜ ਜਿਸ ਵਿਸ਼ੇ ਦੇ ਉੱਤੇ ਗੱਲ ਹੋ ਰਹੀ ਹੈ ਬਿਲਕੁਲ ਇਸ ਦੇ ਨਾਲ ਮਿਲਦਾ ਜੁਲਦਾ ਹੈ ਜੀ ਜ਼ਿੰਦਗੀ ਜਿਉਣ ਦੇ ਤਰੀਕੇ ਬਦਲਣ ਦੀ ਲੋੜ ਕਿਉਂ ਹੈ ਤੇ ਸਾਡੇ ਨਾਲ ਜਿਹੜੇ ਗੈਸਟ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਨੇ ਉਹਨੇ ਜੀ ਪਵਨਦੀਪ ਸ਼ਰਮਾ ਅਦਰ ਹਮੇਸ਼ਾ ਇਹ ਹੁੰਦਾ ਸੀਗਾ ਕਿ ਪਹਿਲਾਂ ਪਹਿਲੇ ਜ਼ਮਾਨੇ ਚ ਜਿ ਕਿਤੇ ਬੱਚਿਆਂ ਨੇ ਸਕੂਲ ਪੜਨ ਜਾਣਾ ਤੇ ਆ ਕੇ ਕੋਈ ਮੱਜਾਂ ਜਿਹੜੀਆਂ ਨਵੋਂ ਜਾਣ ਜਾ ਰਹੇ ਹੈ ਗੋਹਾ ਕੂੜਾ ਕਰ ਰਿਹਾ ਕਰਦੇ ਕੰਮਾਂ ਦੇ ਵਿੱਚ ਤੇ ਇੱਕ ਦੂਜੇ ਨੂੰ ਦੇਖ ਕੇ ਹੀਣ ਭਾਵਨਾ ਜਿਹੜੀ ਨਹੀਂ ਸੀ ਆਉਂਦੀ ਹੁਣ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਵੀ ਆ ਜਾਂਦਾ ਜੇ ਤਾਂ ਉਹ ਸਾਦ ਮਰਦ ਦੇ ਕੱਪੜੇ ਅਤੇ ਬੱਚਿਆਂ ਨੂੰ ਲੱਗਦਾ ਕਿ ਨਹੀਂ ਇਹ ਠੀਕ ਠਾਕ ਆ ਕਿਉਂਕਿ ਕਿਤੇ ਨਾ ਕਿਤੇ ਮਾਪੇ ਬੋਲ ਕੇ ਵੀ ਸੁਨੇਹਾ ਉਹ ਨਾ ਦੇਣ ਤੇ ਇਹ ਜਿਹੜਾ ਸਟੈਂਡਰਡ ਸ਼ਬਦ ਅਸੀਂ ਪਹਿਲਾਂ ਕੀਤਾ ਇਹ ਸੁਣੀਹਾ ਆਟੋਮੈਟਿਕਲੀ ਬੱਚਿਆਂ ਦੇ ਵਿੱਚ ਜਾਂਦਾ ਕਿ ਕਿਸੇ ਦੀ ਸਖਸ਼ੀਅਤ ਨੂੰ ਉਹਦੀ ਸਾਦਗੀ ਦੇ ਨਾਲ ਉਹਦੇ ਪੈਸੇ ਢਿਲੇ ਦੇ ਨਾਲ ਜੋੜ ਕੇ ਤੋਲਣਾ ਇਹ ਕਿੰਨੀਆਂ ਕਿ ਚੀਜ਼ਾਂ ਜਾਇਜ਼ ਆ ਇਹਨਾਂ ਨੂੰ ਬਦਲਣ ਕਿਸ ਹੱਦ ਤੱਕ ਲੋਡ ਹੈ ਆ ਦੇਖੋ ਸਭ ਤੋਂ ਵੱਡੀ ਤੇ ਗੱਲ ਹੈਗੀ ਆ ਉਹ ਕਹਿੰਦੇ ਨਾ ਦਰੇ ਕਫਸ ਜੋ ਖੁਲਾ ਹੂੰ ਤਾਂ ਆਸਮਾਂ ਭੁੱਲ ਗਏ ਰਿਹਾ ਹੋਏ ਪਰਿੰਦੇ ਉਡਾਣ ਭੁੱਲ ਗਏ ਕਿ ਜਦੋਂ ਅਸੀਂ ਮਾਡਰਨ ਸਿਸਟਮ ਦੇ ਵਿੱਚ ਆ ਗਏ ਸਾਡਾ ਦੇਸ਼ ਆਜ਼ਾਦ ਹੋ ਗਿਆ ਸਾਨੂੰ ਜ਼ਿਆਦਾ ਲਿਬਰਟੀਆਂ ਮਿਲ ਗਈਆਂ ਪਰਵਾਰਾਂ ਦੇ ਵਿੱਚ ਕੋਈ ਵਿਦੇਸ਼ਾਂ ਨੂੰ ਜਾ ਰਿਹਾ ਕੋਈ ਕਿਸੇ ਵੀ ਐਂਗਲ ਤੇ ਜਾ ਰਿਹਾ ਕਿਤੇ ਵੀ ਜਾ ਰਿਹਾ ਲੋਕਾਂ ਨੂੰ ਜ਼ਿਆਦਾ ਫ੍ਰੀडम ਹੋ ਗਈ ਪਰ ਜਿਸ ਤਰ੍ਹਾਂ ਇਹ ਪਰਿੰਦਾ ਪਿੰਜਰੇ ਤੋਂ ਬਾਹਰ ਨਿਕਲਦਾ ਹੈ ਉਸ ਤੋਂ ਬਾਅਦ ਉਡਾਣ ਭੁੱਲ ਜਾਂਦਾ ਉਸੇ ਤਰੀਕੇ ਦੇ ਨਾਲ ਅਸੀਂ ਜਿਹੜੇ ਇਸ ਵੇਲੇ ਸਾਡੇ ਦੇਸ਼ ਦੇ ਨਾਗਰਿਕ ਕਹਿ ਲਿਏ ਸਾਡੇ ਲੋਕ ਕਹਈਏ ਓਵਰਆਲ ਵਰਲਡ ਦੇ ਵਿੱਚ ਹੀ ਐਸੇ ਪਰਿੰਦੇ ਬਣ ਗਏ ਜਿਹੜੇ ਪਿੰਜਰੇ ਤੋਂ ਬਾਹਰ ਤੇ ਆ ਗਏ ਫ੍ਰੀडम ਤੇ ਮਿਲ ਗਏ ਪਰ ਉਡਣਾ ਭੁੱਲ ਗਏ ਉਸੇ ਕਿਰਦਾਰਾਂ ਦੇ ਵਿੱਚ ਸਾਡੇ ਗਰਾਵਟ ਆ ਗਈ ਜੇ ਉਡਣਾ ਸੀ ਭੁੱਲ ਗਏ ਅਸੀਂ ਸਾਧਮਰਾਦ ਦੇ ਲੋਕਾਂ ਨੂੰ ਇਨਫੀਰੀਅਰ ਸਮਝਣਾ ਸ਼ੁਰੂ ਕਰ ਦਿੱਤਾ ਕਈ ਲੋਕਾਂ ਦੇ ਮਨਾਂ ਦੇ ਵਿੱਚ ਅਸੀਂ ਹਾਇਰ ਲੈਵਲ ਦੇ ਬ੍ਰਾਂਡਸ ਉਹਨਾਂ ਨੂੰ ਦਿਖਾ ਕੇ ਵੱਡੀਆਂ ਕਾਰਾਂ ਦਿਖਾ ਕੇ ਮਹਿੰਗੀਆਂ ਘੜੀਆਂ ਦਿਖਾ ਕੇ ਜਿਆਦਾ ਗਲੋਰੀਫਾਈ ਆਪਣੀਆਂ ਚੀਜ਼ਾਂ ਨੂੰ ਕਰਕੇ ਇਹ ਦਰਸਾ ਦਿੰਦਾ ਕਿ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਅਹਿਸਾਸੇ ਕਮਜ਼ੋਰੀ ਇਨਫੀਰੀਅਰਟੀ ਕੰਪਲੈਕਸ ਜਿਹੜਾ ਉਹ ਪੈਦਾ ਕਰਨ ਦਾ ਕੰਮ ਵੀ ਜਿਹੜਾ ਅੱਜ ਸਮਾਜ ਵਿੱਚ ਬੱਚਾਂ ਦੇ ਦਿਮਾਗਾਂ ਦੇ ਵਿੱਚ ਵੀ ਉਹੀ ਜਿਹੜਾ ਮੈਸੇਜ ਹੋ ਰਿਹਾ ਫਿਰ ਉਹਨਾਂ ਦੇ ਇਹ ਵੀ ਜਾਂਦਾ ਅਦੇ ਵਿੱਚ ਪੈਰੈਂਟਸ ਦਾ ਵੀ ਬੜਾ ਵੱਡਾ ਯੋਗਦਾਨ ਹੈ ਇਹਨਾਂ 네ਗੇਟਿਵ ਆਸਪੈਕਟਸ ਦੇ ਵਿੱਚ ਜਿੱਥੇ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਏ ਜਾਂਦੇ ਆ ਜਿੱਥੇ ਵੱਡੇ 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 ਗਵਰਨਮੈਂਟ ਸਕੂਲਾਂ 'ਚ ਬੱਚੇ ਭੇਜੇ ਜਾਂਦੇ ਆ ਡਬਲ 트리플 ਫੀਸਿਸ ਦੇ ਕੇ ਭੇਜੇ ਜਾਂਦੇ ਆ ਉੱਥੇ ਵੱਡੀਆਂ ਕਾਰਾਂ ਦੇ ਵਿੱਚ ਬੱਚੇ ਆਉਂਦੇ ਆ ਤੇ ਜੇ ਕੋਈ ਸਾਧਮਰਾਦਾ ਵਿਚਾਰਾ ਪਿੰਡ ਤੋਂ ਉੱਠਿਆ ਬੱਚਾ ਹੁੰਦਾ ਵੈਸੇ ਤਾਂ ਉੱਥੇ ਜਾ ਹੀ ਨਹੀਂ ਪਾਉਂਦਾ ਪਰ ਜੇ ਜਾ ਆ ਵੀ ਜਾਂਦਾ ਪਹੁੰਚ ਵੀ ਜਾਂਦਾ ਤੇ ਉਹੀ ਫੀਲ ਕਰਦਾ ਕਿ ਫਲਾਣਾ ਜਿਹੜਾ ਫਲਾਣੀ ਕਾਰ ਦੇ ਵਿੱਚ ਆਇਆ ਤੇ ਮੈਂ ਆਟੋ 'ਚ ਆ ਗਿਆ ਮੈਂ ਰਿਕਸ਼ਾ ਤੇ ਆ ਗਿਆ ਮੈਂ ਸਾਈਕਲ ਤੇ ਆ ਗਿਆ ਸੋ ਇਦਾਂ ਕੰਪਲੈਕਸ ਜਿਹੜਾ ਸਮਾਜ ਵੱਲੋਂ ਲੋਕਾਂ ਦੇ ਅੰਦਰ ਉਹਨਾਂ ਲੋਕਾਂ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਬਹੁਤ ਇੱਕ ਕਹਿ ਸਕਦੇ ਲੋਅਰ ਕਲਾਸ ਜਿਹੜੀ ਹੁੰਦੀ ਹੈ ਮਿਡਲ ਕਲਾਸ ਉਹਨਾਂ ਨੂੰ ਸਬੰਧ ਰੱਖਦੇ ਆ ਜਾਂ ਅੱਛੀ ਨੋਰਮਲ ਲਾਈਫ ਜਿਹੜੀ ਜਿੰਦੇ ਆ ਉਹਨਾਂ ਦੇ ਅੰਦਰ ਵੀ ਇਦਾਂ ਦੇ ਕੰਪਲੈਕਸਿਟੀਜ਼ ਪੈਦਾ ਹੋ ਜਾਂਦੇ ਆ ਪਰ ਅੱਜ ਦੇ ਇਸ ਵਿਸ਼ੇ ਨੂੰ ਇਸੇ ਕਰਕੇ ਅਸੀਂ ਛੇੜਿਆ ਕਿ ਲੋਕਾਂ ਨੂੰ ਇਹ ਸਮਝ ਆਵੇ ਕਿ ਇਦਾਂ ਦੀ ਕੋਈ ਵੀ ਗੱਲ ਲਾਈਫ ਦੇ ਵਿੱਚ ਨਹੀਂ ਹੁੰਦੀ ਕਰਤਾਰ اخلاق ਉਹਨੂੰ ਸਿੱਖਣਾ ਉਹਨੂੰ ਪੜ੍ਹਨਾ ਇਹ ਚਿੰਗੇ ਕਰੈਕਟਰ ਨੂੰ ਮੋਰਲ ਐਥਿਕਸ ਦੇ ਨਾਲ ਚੱਲਣਾ ਅਸੀਂ ਆਪਣੇ ਟੀਚਰ ਦੀ ਰਿਸਪੈਕਟ ਕਰੀਏ ਅਸੀਂ ਪਰਿਵਾਰ ਦੀ ਰਿਸਪੈਕਟ ਕਰੀਏ ਆਂਡ ਗਵਾਂਡ ਦੀ ਕਰੀਏ ਲੋਕਾਂ ਨੂੰ ਸਮਾਜ ਦੇ ਵਿੱਚ ਅਸੀਂ ਕੁਝ ਦੇ ਸਕੀਏ ਜੇ ਅਸੀਂ ਦੇ ਹੀ ਨਹੀਂ ਸਕਦੇ ਸਾਰਾ ਕੁਝ ਲੈ ਹੀ ਰਹੇ ਹਾਂ ਲੁੱਟ ਹੀ ਰਹੇ ਹਾਂ ਸਮਾਜ ਨੂੰ ਪੁਲੀਸ ਵੀ ਕਰ ਰਹੇ ਹਾਂ ਤੇ ਫਿਰ ਅਸੀਂ ਨਹੀਂ ਸਮਝਦੇ ਕਿ ਉਹ ਬੰਦਾ ਕਿਸੇ ਹਾਈ ਸਟੈਂਡਰਡ ਤੁਹਾਡੇ ਵਰਡ ਦੇ ਮੁਤਾਬਿਕ ਉਹਦਾ ਕੋਈ ਸਟੈਂਡਰਡ ਮਿਆਰ ਜਿਹੜਾ ਮੈਂ ਉਸ ਨਜ਼ਰ ਦੇ ਨਾਲ ਨਹੀਂ ਸਮਝਦਾ ਅਸਲੀ ਮਿਆਰ ਉਹੀ ਹੁੰਦਾ ਕਿ ਜਿਹੜਾ ਰੀਅਲਿਸਟਿਕ ਲਾਈਫ ਦੇ ਵਿੱਚ ਜੀਏ ਜਿਹਦੇ ਉੱਤੇ ਬਹੁਤ ਵੱਡਾ ਕਰਜ਼ਿਆਂ ਦਾ ਭਾਰ ਨਾ ਹੋਵੇ ਜਿਹੜਾ ਬੰਦਾ ਘੱਟ ਖਾ ਕੇ ਵੀ ਖੁਸ਼ ਰਹੇ ਅਲਪ ਨਿਦਰਾ ਅਲਪ ਹਾਰ ਵਾਲੀ ਗੱਲ ਹੋਵੇ ਥੋੜਾ ਖਾ ਕੇ ਥੋੜਾ ਸੋ ਕੇ ਵੀ ਉਹ ਆਪਣਾ ਗੁਜ਼ਾਰਾ ਕਰ ਸਕੇ ਮਾਡਰਨ ਸਿਸਟਮ ਨੂੰ ਵੀ ਸਮਝਦਾ ਹੋਵੇ ਸਮੇਂ ਦਾ ਹਾਨੀ ਵੀ ਹੋਵੇ ਭਾਸ਼ਾਵਾਂ ਵੀ ਆਉਂਦੀਆਂ ਹੋਣ ਲੋਕਾਂ ਦੇ ਵਿੱਚ ਗੱਲਬਾਤ ਵੀ ਕਰ ਸਕਦਾ ਹੋਵੇ ਇਹ ਸਾਦਾ ਵੀ ਹੋਵੇ ਇੱਕ ਖੂਬਸੂਰਤ ਗੱਲਬਾਤ ਜਾਰੀ ਰੱਖਦੇ ਆ ਪਰ ਮਿਲਦੇ ਆ ਇੱਕ ਛੋਟੇ ਜਿਹੇ ਬ੍ਰਿਕ ਤਬਾ ਛੋਟੂ ਕੇ ਲਈ ਛੋਟੂ ਸਾ ਬੈੱਡ ਛੋਟੂ ਸਾ ਟੇਡੀ ਛੋਟੂ ਬਲੈਂਕਟ को भगाने आया नया गुड नाइट छोटू लिक्विड सिर्फ पचास रूपए में आपकी छोटू सी फैमिली के लिए गुड नाइट का नया छोटू लिक्विड सिर्फ पचास रूपए में घर में मेहमान आने वाले मेहमान नहीं यार मैं आज किसी से नहीं मिल सकता मेरे बालों को तो देखो वाँ। वाँ। कौन हो तुम? गोदरेज पॉकेट nice. इसकी पावर जेल टेक्नोलॉजी रखे बाथरूम पूरे तीस दिनों तक अब तो ये मेहमान कभी नहीं जाएंगे यार. पहला कमजोरी होवेगी फिर बुखार फिर ब्लड टेस्ट पर तू डरी ना मम्मी तेन भी हॉस्पिटल ले जाएंगे. ਡੇਡੀ ਨੂੰ ਮੱਛਰ ਨੇ ਕਟਿਆ ਸੀ ਨਾ ਹੁਣ ਉਸ ਨੂੰ ਵੀ ਡੇਂਗੂ ਹੋਵੇਗਾ ਡੈਡੀ ਨੂੰ ਬੋਲ ਦੇ ਹੁਣ ਇਸ ਘਰ ਵਿੱਚ ਕਿਸੇ ਨੂੰ ਡੇਂਗੂ ਨਹੀਂ ਹੋਵੇਗਾ ਕਾਲਾ ਹਿੱਟ ਇਹ ਮੱਛਰਾਂ ਨੂੰ ਮਾਰ ਡਿਗਾਏ ਅਤੇ ਡੇਂਗੂ ਤੋਂ ਬਚਾਏ ਕਾਲਾ ਹਿੱਟ ਹੈਂਡਵਾਸ਼ ਆੜਾ ਨਾ ਇੱਕ ਡਾਕਟਰ ਹੋਗਾ ਇੱਕ ਛੋਟਾ ਬੱਚਾ ਜਿਸ ਦੇ ਦੋ ਗੰਦੇ ਹੱਥ ਅਤੇ ਇੱਕ ਸੁਪਰ ਸਮਾਰਟ ਮੰਮੀ ਹੈ ਨਾ ਚਲੋ ਹੈਂਡਵਾਸ਼ ਕਰੋ ਅਰੇ ਇਹ ਤੇ ਸੈਸ਼ੇ ਹੈ ਮੈਂ ਮੈਂ ਸੈਸ਼ੇ ਹੀ ਹੈਂਡਵਾਸ਼ ਹੈ ਇਸ ਦੇ ਮੈਜੀਕਲ ਪਾਊਡਰ ਨੂੰ ਪਾਣੀ ਵਿੱਚ ਮਿਲਾਓ ਸ਼ੇਕ ਕਰੋ ਅਤੇ ਸਾਬਣ ਦੀ ਕੀਮਤ ਵਿੱਚ ਗੋਦਰੇਜ ਮੈਜੀਕ ਹੈਂਡ ਵਾਸ਼ ਦਾ ਨਾਉ ਦੈਟਸ ਮੈਜਿਕ ਅਸੀਂ ਜਿਹੜੀ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਇੱਕ ਆਪਾਂ ਕੱਲ ਗੱਲ ਕਰਦੇ ਤੁਸੀਂ ਦੱਸਿਆ ਸੀ ਕਿ ਵਰਜਨ ਆਫ ਹੋਮੋ ਇਹਦੇ ਵਿੱਚ ਇੱਕ ਨਿਯਮ ਆ ਕਿ ਵਰਜਨ ਆਫ ਹੋਮੋ ਜਾਂ ਫਿਰ ਫੀਅਰ ਆਫ ਮਿਸਿੰਗ ਆਊਟ ਇਹ ਹੈ ਕੀ ਆ ਤੇ ਕੀ ਇਹਦੇ ਉੱਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਨਾਲੋਂ ਹਟ ਕੇ ਦੇਖੋ ਇਹੀ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਗੱਲ ਕੀਤੀ ਕਿ ਜਦੋਂ ਇਨਫਿਉਰਿਟੀ ਕੰਪਲੈਕਸ ਲੋਕਾਂ ਦੇ ਅੰਦਰ ਪੈਦਾ ਹੁੰਦਾ ਲੋਕੀ ਫੋਟੋਗ੍ਰਾਫ ਸੋਸ਼ਲ ਮੀਡੀਆ ਤੇ ਜ਼ਿਆਦਾ ਪੋਸਟ ਕਰਦੇ ਇਹ ਵਰਜ਼ਨ ਆਫ ਹਾਫ ਮਿਸਿੰਗ ਆਊਟ ਕਿ ਇੱਕ ਬੰਦੇ ਦੀ ਫੋਟੋਗ੍ਰਾਫ ਉਹਦੇ ਤੇ ਆ ਰਹੀ ਹੈ ਤੇ ਦੂਸਰਾ ਘਰ ਬੈਠਾ ਹੀ ਦੇਖ ਰਿਹਾ ਸੋਚ ਰਿਹਾ ਕਿ ਮੈਂ ਇੱਥੇ ਕਿਉਂ ਨਹੀਂ ਹੈਗਾ ਮੈਂ ਇਹਨਾਂ ਇੰਜੋਏ ਕਿਉਂ ਨਹੀਂ ਕਰ ਰਿਹਾ ਜੇ ਕੋਈ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਫੂਡ ਦੀ ਪਿਕਚਰ ਕਲਿੱਕ ਕਰਕੇ ਪੋਸਟ ਕਰਦਾ ਫਿਰ ਕਿਸੇ ਦੂਸਰੇ ਵਿਅਕਤੀ ਨੂੰ ਇਹ ਫਿਰ ਜਾਂਦਾ ਮਿਸਿੰਗ ਆਊਟ ਦਾ ਕਿ ਮੈਂ ਇੱਥੇ ਕਿਉਂ ਨਹੀਂ ਹੈਗਾ ਸੋ ਇਹ ਕੰਪੀਟੀਸ਼ਨ ਦੀ ਭਾਵਨਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਚੱਲ ਗਈ ਫਿਰ ਭਾਵੇਂ ਕਰਜੇ ਚੱਕ ਕੇ ਜਾਣ ਜਿਵੇਂ ਵਿਦੇਸ਼ਾਂ ਨੂੰ ਇਸ ਵੇਲੇ ਅੰਨੀ ਹੋੜ ਲੱਗੀ ਹੋਈ ਆ ਜਿਹਨੂੰ ਤਾਂ ਲੋੜ ਹੈ ਉਹ ਤਾਂ ਜਾ ਹੀ ਰਿਹਾ ਜਿਹਦਾ ਇੱਥੇ ਬਿਲਕੁਲ ਬਹੁਤ ਵਧੀਆ ਸਾਰਾ ਕੁਝ ਸੈੱਟ ਹੈਗਾ ਵਾ ਜ਼ਿੰਦਗੀ ਨੂੰ ਸੌਖਾ ਕਰਨ ਦੀਆਂ ਸਾਰੀਆਂ ਸਹੂਲਤਾਂ ਉਹ ਵੀ ਕਿਤੇ ਨਾ ਕਿਤੇ ਵਿਦੇਸ਼ਾਂ ਨੂੰ ਜਾਣ ਦੀ ਕੋਸ਼ਿਸ਼ ਕਰ ਰਹੀ ਆ ਇਹ ਚੀਜ਼ ਵੀ ਪੰਜਾਬੀਆਂ ਨੂੰ ਆਪਣੀ ਜ਼ਿੰਦਗੀ 'ਚ ਬਦਲਣ ਦੀ ਲੋੜ ਹੈ ਮੈਂ ਪੰਜਾਬੀਆਂ ਨੂੰ ਇੱਕ ਕੋਰਟ ਦੇ ਰਾਈ ਮੈਂ ਦੱਸਣਾ ਚਾਹੁੰਦਾ ਕਿ ਸੀਕ ਨਾਟ ਵਾਟਰ ਸੀਖ ਤਸਤ ਪਾਣੀ ਨੂੰ ਨਾ ਲੱਭੋ ਪਿਆਸ ਨੂੰ ਲੱਭੋ ਜੇ ਤੁਹਾਨੂੰ ਪਿਆਸ ਲੱਗੇਗੀ ਉਹਦੇ ਲਈ ਮਿਹਨਤ ਕਰੋਗੇ ਤੇ ਪਾਣੀ ਆਪਣੇ ਆਪ ਲੱਭ ਜਾਊਗਾ ਪਰ ਅਸੀਂ ਲੋਕ ਜਿਹੜਾ ਪਹਿਲਾਂ ਹੀ ਪਾਣੀ ਲੱਭਣ ਲਈ ਵਿਦੇਸ਼ਾਂ ਨੂੰ ਭੱਜੇ ਫਿਰਦੇ ਆ ਆਪਣੀਆਂ ਸਰਮਾਇਏ ਨੂੰ ਆਪਣੀ ਵਿਰਾਸਤ ਨੂੰ ਆਪਣੇ ਕਲਚਰ ਨੂੰ ਸਕਾਫਤ ਨੂੰ ਆਪਣੀ ਪ੍ਰਾਪਰਟੀਜ਼ ਨੂੰ ਵੇਚ-ਵੇਚ ਕੇ ਅਸੀਂ ਜਿਹੜੇ ਵਿਦੇਸ਼ਾਂ ਦਾ ਰੁਖ ਕਰ ਰਹੇ ਆ ਉੱਥੇ ਵੀ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਬਜ਼ੁਰਗਾਂ ਨੂੰ ਇੱਥੇ ਘਰਾਂ ਦੇ ਵਿੱਚ ਕੱਲਿਆਂ ਛੱਡ ਕੇ ਅਸੀਂ ਤੁਰਦੇ ਜਾ ਰਹੇ ਹਾਂ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਿਤੇ ਵੀ ਸ਼ੋਭਾ ਪੰਜਾਬੀਆਂ ਨੂੰ ਨਹੀਂ ਦਿੰਦੀਆਂ ਇੱਕ ਸੂਰਵੀਰ ਕੌਮ ਇੱਕ ਜਿਨ੍ਹਾਂ ਨੇ ਦੇਸ਼ੋ ਦੁਨੀਆਂ ਦੇ ਵਿੱਚ ਆਪਣਾ ਨਾਂ ਆਪਣਾ ਰੌਸ਼ਨ ਕੀਤਾ ਜੰਗਜੂਰ ਰਹੇ ਪੂਰੇ ਵਰਲਡ ਨੂੰ ਪੰਜਾਬੀਆਂ ਦੀ ਪਛਾਣ ਕਰਾਈ ਉਹ ਜਾਣ ਬੇਸ਼ੱਕ ਜਾਣ ਪਰ ਸਾਰੇ ਸਿਸਟਮ ਨੂੰ ਘੋਕ ਕੇ ਜਾਣ ਜਾਂਚ ਪਰ ਕੇ ਸਮਝ ਕੇ ਜਾਣ ਸਿਰਫ ਬਾਹਰ ਜਾਣ ਦੀ ਹੋੜ ਦੇ ਵਿੱਚ ਹੀ ਬਾਹਰ ਨਾ ਜਾਣ ਮੈਂ تنਕੀਦ ਬਰਾਏ تنਕੀਦ ਨਹੀਂ ਕਰ ਰਿਹਾ ਕਿ ਮੈਂ ਉਹਨਾਂ ਨੂੰ ਕਿਸੇ ਤਰ੍ਹਾਂ ਕੰਟੈਂਪ ਕਰ ਰਿਹਾ ਮੈਂ ਇਹ ਕਹਿਣਾ ਚਾਹਣਾ ਦੀ ਜਾਨ ਜ਼ਰੂਰ ਜਾਣ ਪਰ ਪਿੱਛੇ ਆਪਣੀ ਪ੍ਰਾਪਰਟੀਆਂ ਦਾ ਆਪਣੇ ਬਜ਼ੁਰਗਾਂ ਦਾ ਆਪਣੇ ਮਾਪੇ ਦਾ ਖਿਆਲ ਵੀ ਨਾਲ ਰੱਖਣ ਪਿੱਛਾ ਗਵਾ ਕੇ ਜਾਣਾ ਜਿਹੜਾ ਉਹ ਬਹੁਤ ਹੀ ਸਿਆਣਾ ਨਹੀਂ ਹੁੰਦਾ ਇੱਕ ਹੋਰ ਸ਼ਬਦ ਜਿਹੜਾ ਸਾਡੇ ਦਿਮਾਗਾਂ ਚ ਫਸ ਗਿਆ ਹੋਇਆ ਫਾਸਟ ਫਾਸਟ ਫੂਡ ਫਾਸਟ ਗੱਡੀ ਚਾਹੀਦੀ ਆ ਫਾਸਟ ਲਾਈਫ ਹੋਣੀ ਚਾਹੀਦੀ ਆ ਇਹ ਕਿੰਨਾ ਕੁ ਨੁਕਸਾਨ ਕਰ ਰਿਹਾ ਤੇ ਕਿੰਨਾ ਕੁ ਫਾਇਦਾ ਕਰ ਰਿਹਾ ਇਸ ਸ਼ਬਦ ਨੂੰ ਜ਼ਿੰਦਗੀ ਚ ਲਿਆ ਕੇ ਕੀ ਗਵਾਇਆ ਤੇ ਕੀ ਪਾਇਆ ਸੀ ਆ ਦੇਖੋ ਰਮਨ ਜੀ ਜਿਆਦਾ ਫਾਸਟ ਹੋਣਾ ਹੂੰ ਇਹ ਇਦਾਂ ਹੀ ਸਮਝ ਲਓ ਕਿ ਜੇ ਬੀਜ ਅਸੀਂ ਕੋਈ ਜ਼ਮੀਨ ਦੇ ਵਿੱਚ ਅਸੀਂ ਬੀਜਦੇ ਹਾਂ ਤੇ ਉਹ ਚੰਗੀ ਤਰ੍ਹਾਂ ਬੀਜਿਆ ਨਾ ਜਾਵੇ ਤੇ ਨਾ ਹੀ ਰੁੱਖ ਬਣੇਗਾ ਨਾ ਹੀ ਫੁੱਲ ਬਣੇਗਾ ਉਹ ਕਹਿੰਦੇ ਨਾ ਦਾਣਾ ਖਾਕਵੇਂ ਮਿਲਕਰ ਗੁਲੋ ਗੁਲਜ਼ਾਰ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਮਿਹਨਤ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਫੇਰ ਹੀ ਉਹ ਜਾ ਕੇ ਪੁੰਗਰਦਾ ਫੇਰ ਹੀ ਉਹਦੀ ਗਰੋਥ ਹੁੰਦੀ ਆ ਉਹ ਚੀਜ਼ ਆਪਣਾ ਇੱਕ ਸਮਾਂ ਲੈਂਦੀ ਆ ਇੱਕ ਟਿਨਯੂਰ ਹੁੰਦਾ ਉਹਦੇ ਲਈ ਹਾਰਡ ਵਰਕ ਹੁੰਦਾ ਹਾਰਡਸ਼ਿਪਸ ਹੁੰਦੀਆਂ ਸਾਰੀਆਂ ਚੀਜ਼ਾਂ ਬੰਦੇ ਨੂੰ ਫੇਸ ਕਰਨੀਆਂ ਚਾਹੀਦੀਆਂ ਜਿਹੜਾ ਅਰਲੀ ਕੋਈ ਚੀਜ਼ ਮਿਲ ਜਾਣੀ ਜ਼ਿਆਦਾ ਫਾਸਟ ਸਮਝ ਦੇ ਨਾਲ ਚੱਲਣਾ ਜਲਦੀ ਪੈਸਾ ਲੈ ਲੈਣਾ ਜਲਦੀ ਪਬਲਿਸਿਟੀ ਮਿਲ ਜਣੀ ਜਲਦੀ ਬਹੁਤ ਸਾਰੀ ਸ਼ੋਹਰਤ ਮਿਲ ਜਣੀ ਅਸੀਂ ਬਹੁਤ ਸਾਰੀ ਐਗਜ਼ੈਂਪਲ ਇੰਟਰਨੈਸ਼ਨਲੀ ਵੀ ਦੇਖੀਆਂ ਕਿ ਜਿਨ੍ਹਾਂ ਲੋਕਾਂ ਨੂੰ ਬੜੀ ਛੋਟੀ ਉਮਰ ਦੇ ਵਿੱਚ ਬਹੁਤ ਜਲਦੀ ਵੀ ਕਈ ਵਾਰ ਕਈ ਚੀਜ਼ਾਂ ਮਿਲ ਜਾਂਦੀਆਂ ਤੇ ਉਹਨਾਂ ਨੂੰ ਉਸ ਚੀਜ਼ ਨੂੰ ਡਾਈਜੈਸਟ ਕਰਨ ਦੇ ਵਿੱਚ ਬੜੀਆਂ ਦਿੱਕਤਾਂ ਲੇਟਰ ਔਨ ਲੰਬੀ ਉਮਰ ਦੇ ਸਮੇਂ ਦੇ ਵਿੱਚ ਆਉਂਦੀਆਂ ਸੂਇਸ ਕਰਕੇ ਸਾਨੂੰ ਫਾਸਟ ਗੀਤ ਫਾਸਟ ਗਾਣੇ ਹਮ ਫਾਸਟ ਫੂਡ ਫਾਸਟ ਕਾਰਾਂ ਫਾਸਟ ਲਾਈਫ ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾੜੀਆਂ ਨੇ ਜੀ ਦੇਖੋ ਕਿ ਹੁਣ ਨਾ ਹੋਟਲਸ ਦੇ ਵਿੱਚ ਚੰਗੇ ਰੈਸਟੋਰੈਂਟਾਂ ਦੇ ਢਾਬਿਆਂ ਦੇ ਉੱਤੇ ਇਹ ਚੀਜ਼ ਵੀ ਹੁਣ ਬ੍ਰਾਂਡ ਬਣ ਗਿਆ ਕਿ ਤੁਹਾਨੂੰ ਹਾਂਦੀ ਦੀ ਦਾਲ ਮਿਲੂ ਹੌਲੀ ਹੌਲੀ ਦਿੱਜੀ ਹੋਈ ਜਿਹੜੀ ਪੂਰੇ ਸਵਾਦ ਪੂਰੇ ਮਿਨਰਲਸ ਆਪਣੇ ਵਿੱਚ ਸਮੋਏ ਹੋਏ ਫਿਰ ਵਾਪਸ ਇੱਥੇ ਵੀ ਬੈਕ ਟੂ ਬੇਸਿਕ ਆਉਣਾ ਪੈ ਰਿਹਾ ਕਿ ਫਾਸਟ ਫੂਡ ਸਾਡੀ ਸਰੀਰ ਨੂੰ ਨੁਕਸਾਨ ਕਰ ਰਹੀ ਹੈ ਛੋਟੀ ਉਮਰ ਜਿਹੜੀ ਆ ਸਾਡੀ ਹੋ ਗਈ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਪਿੱਛੇ ਨੂੰ ਅਸੀਂ ਜਾ ਰਹੇ ਹਾਂ ਫਾਸਟ ਫੂਡ ਤੇ ਫਾਸਟ ਜਿਹੜਾ ਲਾਈਫ ਦੇ ਵਿੱਚੋਂ ਕਿੰਨਾ ਕੱਟ ਕਰਨਾ ਜ਼ਰੂਰੀ ਹੈ ਕਿ ਕੱਟ ਕਰਨਾ ਚਾਹੀਦਾ ਅੱਜ ਬਿਲਕੁਲ ਕਰਨਾ ਚਾਹੀਦਾ ਮੈਂ ਅੱਗੇ ਅਜ਼ੀਨੋ ਮੋਟੋ ਦੀ ਗੱਲ ਵੀ ਕੀਤੀ ਹੈ ਕਿ ਬ੍ਰੇਨ ਨਿਊਰੋਜ਼ ਉਸ ਲੋ ਕਰ ਦਿੰਦਾ ਫਿਰ 슬ੀਪਿੰਗ ਪੈਟਰਨ ਜਿਹੜੇ ਆ ਸਾਡੇ ਉਹਨੂੰ ਵਿਗਾੜ ਦਿੰਦਾ ਫਿਰ ਉਸ ਤੋਂ ਬਾਅਦ ਈਟਿੰਗ ਟੈਂਡੈਂਸੀਜ਼ ਆ ਜਿਹੜੀਆਂ ਉਹਨਾਂ ਨੂੰ ਖਰਾਬ ਕਰ ਦਿੰਦਾ ਫਿਰ ਉਸ ਤੋਂ ਬਾਅਦ ਜਿਹੜੀ ਫਿਜ਼ੀਕਲ ਐਕਟੀਵਿਟੀ ਸਾਡੀ ਬਹੁਤ ਘਟ ਗਈ ਅਸੀਂ ਵਰਕਆਊਟ ਨਹੀਂ ਕਰਦੇ ਕੋਈ ਸੈਰ ਨਹੀਂ ਕਰਦੇ ਰਨਿੰਗ ਨਹੀਂ ਕਰਦੇ ਜਾਂ ਕੋਈ ਵੀ ਯੋਗਾ ਜਾਂ ਵਰਕਆਊਟ ਐਕਸਰਸਾਈਜ਼ ਨਹੀਂ ਕਰਦੇ ਉਹਨੇ ਵੀ ਸਾਡੀ ਜੀਵਨ ਪ੍ਰਣਾਲੀ ਨੂੰ ਬਹੁਤ ਵੱਡਾ ਇਫੈਕਟ ਦਿੱਤਾ ਸਟ्रेस ਮੈਨੇਜਮੈਂਟ ਅਸੀਂ ਨਹੀਂ ਕਰ ਪਾਉਂਦੇ ਇੱਕ ਦੂਜੇ ਦੇ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਸਾਂਝੇ ਪਰਿਵਾਰਾਂ ਦੇ ਵਿੱਚ ਗੱਲਬਾਤ ਨਹੀਂ ਕਰਦੇ ਅਣਗੁਆਂਢ ਦੇ ਨਾਲ ਗੱਲਬਾਤ ਨਹੀਂ ਕਰਦੇ ਸੋ ਕਿੰਨਾ ਨੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਡੇਲੀ ਪੀਣਾ ਕਿੰਨਾ ਨਹੀਂ ਪੀਣਾ ਉਹਦਾ ਖਿਆਲ ਨਹੀਂ ਰੱਖਦੇ ਅਸੀਂ ਦੂਸਰੀਆਂ ਸਾਡੀ ਗੱਲਾਂ ਬਾਤਾਂ ਦੇ ਵਿਸ਼ਾ ਹੀ ਨਹੀਂ ਹੈਗੇ ਹਾਂ ਉਹ ਦੂਸਰੀ ਡਰਿੰਕਸ ਨੂੰ ਅਸੀਂ ਪ੍ਰੇਫਰ ਕਰਦੇ ਹਾਂ ਸਟੇਟਸ ਸਿੰਬਲ ਸਮਝਦੇ ਹਾਂ ਕਿ ਜੇ ਅਸੀਂ ਕਿਸੇ ਫੰਕਸ਼ਨ ਪਾਰਟੀ ਤੇ ਜਾ ਰਹੇ ਹਾਂ ਉੱਥੇ 버ਗਰਜ਼ ਹੋਣ ਉੱਥੇ ਸੌਫਟ ਡਰਿੰਕਸ ਹੋਣ ਉੱਥੇ ਵੱਡੀਆਂ ਵੱਡੀਆਂ ਇਦਾਂ ਦੀ ਕੋਲਡ ਡਰਿੰਕਸ ਹੋਣ ਜਾਂ ਐਨਰਜੀ ਡਰਿੰਕਸ ਹੋਣ ਕੋਈ ਬੰਦਾ ਇਹ ਨਹੀਂ ਕਹਿੰਦਾ ਨੀਬੂ ਪਾਣੀ ਹੋਵੇ ਲੱਸੀ ਹੋਵੇ ਸਾਦਾ ਪਾਣੀ ਹੋਵੇ ਜੀ ਇਹ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਨੈਚੁਰਲ ਵੇ ਹੈਗਾ ਅਲਕਲਾਈਨ ਵਾਟਰਸ ਹੁੰਦੇ ਆ ਉਹਨੂੰ ਇਸਤੇਮਾਲ ਨਹੀਂ ਕਰਦੇ ਇਹ ਸਾਰੀਆਂ ਗੱਲਾਂ ਸਾਡੇ ਸਰੀਰ ਦੇ ਉੱਤੇ ਵਿਪਰੀਤ ਪ੍ਰਭਾਵ ਪਾ ਰਹੀਆਂ ਸਾਡੇ ਡਾਈਟਰੀ ਸਿਸਟਮ ਨੂੰ ਬਿਹੇਵੀਅਰਲ ਸਿਸਟਮ ਨੂੰ ਔਰ ਸਾਡੇ ਸਾਈਕੋਲੋਜੀਕਲ ਜਿਹੜੇ ਚੇਂजेस ਆ ਰਹੇ ਆ ਉਹ ਇੰਨਾਂ ਸਾਰੀਆਂ ਗੱਲਾਂ ਨੂੰ ਅਸੀਂ ਲਾਈਫ ਦੇ ਵਿੱਚ ਜੇ ਇੰਪਲੀਮੈਂਟ ਕਰ ਰਹੇ ਆ ਤੇ ਤਾਂ ਆ ਰਿਹਾ ਜਿਨ੍ਹਾਂ ਚੀਜ਼ਾਂ ਤੋਂ ਅੱਜ ਸਮਾਂ ਕਿ ਅਸੀਂ ਦੂਰ ਜਾਈਏ ਅੱਜ ਤੁਸੀਂ ਜਿਹੜੀ ਗੱਲ ਕੀਤੀ ਕਿ 40 ਸਾਲ ਦੀ ਬੰਦੇ ਨੂੰ ਬੁੱਢਾ ਆਪਣੇ ਆਪ ਨੂੰ ਫੀਲ ਕਰਨਾ ਫੀਲ ਕਰਦਾ ਹੈ ਹੋ ਜਾਂਦਾ ਸੋ ਇੱਕ ਸਮਾਂ ਅਸੀਂ ਲੋਕ 100-100 ਸਾਲ ਤੱਕ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਲੋਕ ਸਿਹਤਮੰਦ ਸੀ ਲੋਕ ਖੁਸ਼ੀ ਉਹਨਾਂ ਕੋਲ ਵਸਾਇਲ ਉਹਨੇ ਨਹੀਂ ਸੀ ਇਨਵਰਟਰ ਤੱਕ ਨਹੀਂ ਸੀ ਹੁੰਦੇ ਲੋਕ ਜਿੱਧਰ ਛਾਂ ਹੁੰਦੀ ਸੀ ਉਧਰ ਜਾ ਕੇ ਬੈਠ ਜਾਂਦੇ ਸੀ ਕਿ ਇਦਾਂ ਬਹਾਂਦੇ ਸੀ ਤੇ ਲੋਕ ਇੰਨੇ ਖੁਸ਼ ਸੀ ਲੋਕ ਆਪਣੀ ਪਹਿਲੀਆਂ ਦੇ ਵਿੱਚ ਬੰਬੀਆਂ ਦੇ ਵਿੱਚੋਂ ਪਾਣੀ ਪੀਂਦੇ ਸੀ ਸਵਰਗ ਦਾ ਝੂਟਾ ਲੈਂਦੇ ਸੀ ਆਨੰਦ ਮਾਣਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਅੱਛੀ ਲਾਈਫ ਹੈ ਇਹ ਇਹ ਚੀਜ਼ਾਂ ਦੇ ਰਿਸ਼ਤਿਆਂ ਦੇ ਸੰਦਰਭ ਚ ਵੀ ਕਰ ਲਈਏ ਕੀ ਕਾਰਨ ਹੈ ਕਿ ਪਹਿਲਾਂ ਬਹੁਤ ਇਤੋਂ ਤੱਕ ਕਿ ਵਿਆਹ ਵਰਗਾ ਜਿਹੜਾ ਇੰਪੋਰਟੈਂਟ ਫੈਸਲਾ ਉਹ ਵੀ ਇੱਕ ਦੂਜੇ ਨੂੰ ਬਿਨਾਂ ਦੇਖੇ ਲੈ ਲਿਆ ਜਾਂਦਾ ਸੀ ਤੇ ਤਾਂ ਉਹ ਮ ਰਿਸ਼ਤੇ ਨਿਭਦੇ ਸੀਗੇ ਤੇ ਹੁਣ ਖੁਦ ਦੇਖ ਪਰਖ ਕੇ ਗੱਲਬਾਤ ਕਰਨ ਤੋਂ ਬਾਅਦ ਵੀ ਉਹ ਰਿਸ਼ਤਾ ਜਿਹੜਾ ਸਾਲ ਦੋ ਸਾਲ ਤੋਂ ਉੱਪਰ ਚੱਲਦਾ ਨਹੀਂ ਆ ਕੀ ਇਹ ਤਰੀਕਾ ਵੀ ਬਦਲਣ ਦੀ ਲੋੜ ਹੈ ਆ ਦੇਖੋ ਤੁਸੀਂ ਨਜ਼ਰੀਆ 네ਗੇਟਿਵਲੀ ਕਿਉਂ ਬਦਲਦਾ ਹੈ ਸਾਡਾ ਦੇਖੋ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਸਾਡੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਅੰਡਰਸਟੈਂਡਿੰਗ ਦੀ ਘਾਟ ਹੈ ਸਾਨੂੰ ਸਮੇਂ ਦੇ ਮੁਤਾਬਕ ਆਪਣੇ ਪਰਿਵਾਰ ਦੇ ਮੁਤਾਬਕ ਆਪਣੀ ਸੂਝ ਬੂਝ ਦੇ ਮੁਤਾਬਕ ਅਸੀਂ ਡਿਸੀਜਨ ਨਾ ਲੈਣੇ ਜੀ ਸਾਨੂੰ ਕਿਸੇ ਚੀਜ਼ ਦੇ ਵਿੱਚ ਕਾਹਲ ਹੋਣੀ ਕਿਸੇ ਚੀਜ਼ ਦੇ ਵਿੱਚ ਜਲਦੀ ਹੋਣੀ ਪਬਲਿਕ ਦਾ ਪ੍ਰੈਸ਼ਰ ਹੋਣਾ ਸਮਾਜ ਦਾ ਪ੍ਰੈਸ਼ਰ ਹੋਣਾ ਉਹਦੇ ਵਿੱਚ ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਕਈ ਵਾਰ ਕਈ ਡਿਸੀਜਨਸ ਲੈ ਲੈਂਦੇ ਆ ਲੋਕ ਤਾਂ ਇਹ ਕਹਿ ਦਿੰਦੇ ਜੀ ਇਹ ਕਰ ਲਓ ਇਹ ਕਰ ਲਓ ਪਰ ਆਪਣੇ ਦਿਮਾਗ ਦਾ ਇਸਤੇਮਾਲ ਜਿਹੜਾ ਉਹ ਪ੍ਰੋਮਿਨੈਂਟਲੀ ਕਰਨਾ ਚਾਹੀਦਾ ਸਾਇੰਟਿਫਿਕ ਟੈਂਪਰਮੈਂਟ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਸੰਵਿਧਾਨ ਦੇ ਵਿੱਚ ਵੀ ਗੱਲ ਲਿਖੀ ਆ ਕਿ ਸਾਇੰਟਿਫਿਕ ਟੈਂਪਰਮੈਂਟ ਰੱਖਣਾ ਵਿਗਿਆਨਕ ਤੌਰ ਦੇ ਉੱਤੇ ਸੋਚ-ਬੂਝ ਰੱਖਣੀ ਆ ਕਿਸੇ ਚੀਜ਼ ਨੂੰ ਸਮਝਣਾ ਆ ਜਾਂਚਣਾ ਆ ਕੋਖਣਾ ਆ ਪਰਖਣਾ ਆ ਤੇ ਫਿਰ ਜ਼ਿੰਦਗੀ ਦੇ ਵਿੱਚ ਕੋ ਡਿਸੀਜਨ ਲੈਣੇ ਆ ਚਾਹੇ ਉਹ ਪਰਸਨਲ ਲਾਈਫ ਦੇ ਹੋਣ ਚਾਹੇ ਸਮਾਜੀ ਲਾਈਫ ਦੇ ਹੋਣ ਚਾਹੇ ਅਸੀਂ ਕਿਸੇ ਨੌਕਰੀ ਪੇਸ਼ੇ ਦੇ ਵਿੱਚ ਹੈਗੇ ਆ ਚਾਹੇ ਅਸੀਂ ਈਵਨ ਸੜਕ ਦੇ ਉੱਤੇ ਵੀ ਜਾ ਰਹੇ ਆ ਤੇ ਸਾਨੂੰ ਕਿੱਥੇ ਰੁਕਣਾ ਕਿੱਥੇ ਨਹੀਂ ਰੁਕਣਾ ਕਿਸੇ ਨੂੰ ਲਿਫਟ ਦੇਣੀ ਕਿਸੇ ਨੂੰ ਨਹੀਂ ਲਿਫਟ ਦੇਣੀ ਇਹ ਸਾਰੀਆਂ ਚੀਜ਼ਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਸਮਝਣੀਆਂ ਚਾਹੀਦੀਆਂ ਇੰਟੈਲੀਜੈਂਟਲੀ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਫਿਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਥੋੜਾ ਜਿਹਾ ਅਵੇਅਰ ਰਵਾਂਗੇ ਅਵੇਅਰਨੈਸ ਦੇ ਨਾਲ ਚੱਲਾਂਗੇ ਜਾਗਰੂਕਤਾ ਦੇ ਨਾਲ ਚੱਲਾਂਗੇ ਤੇ ਫਿਰ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਲਾਈਫ ਦੇ ਵਿੱਚ ਆਉਂਦੀਆਂ ਨਾਰਮਲੀ ਉਹਨਾਂ ਦੇ ਉੱਤੇ ਜੇ ਅਸੀਂ ਉਹਨਾਂ ਨੂੰ ਵਾਪਰਨ ਤੋਂ ਰੋਕ ਨਹੀਂ ਸਕਦੇ ਪਰ ਉਹਨਾਂ ਦੇ ਉੱਤੇ ਘੱਟੋ-ਘੱਟ ਅਸੀਂ ਕੋਸ਼ਿਸ਼ ਹੋ ਸਕਦੇ ਹਾਂ ਜਾਗਰੂਕ ਬੈਂ ਚੰਦੇ ਚੰਦੇ ਇਹ ਜ਼ਰੂਰ ਗੱਲ ਕਰਨਾ ਚਾਹੁੰਦੀ ਹੈ ਕਿ ਫੋਨ ਫੋਨ ਇੱਕ ਇੱਕ ਸਹਾਇਤਾ ਕਰਨ ਵਾਲੀ ਸਿਰਫ ਮਸ਼ੀਨ ਆ ਜਾਂ ਤੁਹਾਡੀ ਜ਼ਿੰਦਗੀ ਕਿਉਂਕਿ ਇਸ ਵੇਲੇ ਅਸੀਂ ਜ਼ਿੰਦਗੀ ਬਣਾਇਆ ਹੋਇਆ ਆ ਆ ਦੇਖੋ ਕਹਿੰਦੇ ਨਾ ਕਿ ਖੋਲ ਅੱਖੇ ਫਲਕ ਦੇਖ ਆਸਮਾਨ ਦੇਖ ਜ਼ਮੀਨ ਦੇਖ ਤਾਂ ਸਾਰਾ ਪਾਸਾ ਜਿਹੜਾ ਉਹ ਸਾਨੂੰ ਅੱਖਾਂ ਤਾਂ ਇੱਥੋਂ ਉੱਪਰ ਉੱਠਦੀਆਂ ਹੀ ਨਹੀਂ ਆ ਸਭ ਤੋਂ ਵੱਡਾ ਭਾਰ ਪੂਰੇ ਦਿਨ ਚ ਅਸੀਂ ਫੋਨ ਦਾ ਹੀ ਚੱਕਦੇ ਆ ਇੱਕ ਦਿਨ ਦੇ ਵਿੱਚ ਤੇ ਸਾਨੂੰ ਜੇ ਅਸੀਂ ਹਰ ਵੇਲੇ ਫੋਨ ਦੇ ਵਿੱਚ ਰਹਿੰਦੇ ਆ ਸਾਨੂੰ ਇੰਨੀ ਪਤਾ ਲੱਗਦਾ ਦਿਨ ਕਦੋਂ ਚੜ ਗਿਆ ਸੂਰਜ ਕਦੋਂ ਚੜ ਗਿਆ ਸਵੇਰ ਕਦੋਂ ਹੋਈ ਆ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਆ ਸਰਜਰੀ ਸਵੇਰ ਦੇ ਨਾਲ ਸੋਹਣੇ ਖੂਬਸੂਰਤ ਗੀਤ ਦੇ ਨਾਲ ਉਹ ਸਾਨੂੰ ਅਹਿਸਾਸ ਕਰਾਂਦੀ ਆ ਤਾਜ਼ੀ ਹਵਾ ਦੀ ਸਾ ਸੂਸਰੇ ਪਾਣੀ ਦੀ ਸੂਰਜ ਦੀਆਂ ਕਿਰਨਾਂ ਦੀ ਗੱਲ ਹੁੰਦੀ ਹੈ ਸੋ ਇਸ ਕਰਕੇ ਇਹ ਗੱਲਾਂ ਤੋਂ ਅਸੀਂ ਬਹੁਤ ਦੂਰ ਹੋ ਗਏ ਹਰ ਬੰਦਾ ਰਾਤ 1 2 ਵਜੇ ਤੱਕ ਫੋਨ ਦਾ ਇਸਤੇਮਾਲ ਕਰਦਾ ਫਿਰ ਸੋ ਜਾਂਦਾ ਫਿਰ ਲੇਟਰ ਔਨ ਉਹ ਉੱਠਿਆ ਨਹੀਂ ਜਾਂਦਾ ਜੀ ਜਲਦੀ ਉੱਠਣਾ ਹੋਵੇ એનર્ਜੀ ਜਿਹੜੀ ਹੈ ਓਨੀ ਬੋਡੀ ਦੇ ਵਿੱਚ ਨਹੀਂ ਰਹਿੰਦੀ ਆਈਸ ਜਿਹੜੀਆਂ ਸਟੀਮੂਲੇਟ ਹੋ ਜਾਂਦੀਆਂ ਬ੍ਰੇਨ ਨੂੰ ਇਦਾਂ ਦੇ ਸਿਗਨਲਸ ਰਹਿੰਦੇ ਆ ਕਿ ਉਹ ਬੰਦਾ ਟਾਇਰ ਟਾਇਰ ਰਹਿੰਦਾ ਹੈ ਹਮੇਸ਼ਾ ਇਦਾਂ ਦੇ ਸਿੰਪਟਮਸ ਰਹਿੰਦੇ ਆ ਇਹ ਇਹ ਚੀਜ਼ ਸੋਚਣੀ ਪਾਉਗੀ ਕਿ ਜ਼ਿੰਦਗੀ ਨੂੰ ਜੀਉਣ ਦਾ ਤਰੀਕਾ ਜਿਹੜਾ ਉਹ ਤੁਹਾਡੀ ਜ਼ਿੰਦਗੀ ਆਉਣ ਵਾਲੀ ਇਦਾਂ ਦੀ ਖੁਸ਼ੀ ਚ ਹੋਊਗੀ ਜਾਂ ਗਮੀ ਚ ਹੋ ਦੇਖੋ ਬਹੁਤ ਇੰਪੋਰਟੈਂਟ ਹੈ ਕਿਉਂਕਿ ਫੋਨ ਸਾਡੀ ਲਾਈਫ ਨਹੀਂ ਹੈਗਾ ਫੋਨ ਦੇ ਵਿੱਚ ਅਸੀਂ ਕੀ ਕੰਟੈਂਟ ਦੇਖ ਰਹੇ ਆ ਇਹ ਵੀ ਬੜਾ ਇੰਪੋਰਟੈਂਟ ਆ ਲੋਕ ਇਸ ਸਪੈਸ਼ਲੀ ਸਟੂਡੈਂਟਸ ਜਿਹੜੇ ਆ ਯੂਨੀਵਰਸਿਟੀਆਂ ਦੇ ਹੋਣ ਸਕੂਲਸ ਦੇ ਹੋਣ ਛੋਟੇ ਬੱਚੇ ਹੋਣ ਉਹ ਵੀਡੀਓ ਗੇਮਸ ਦੇ ਵਿੱਚ ਉਲਝ ਗਏ ਉਹ ਕਈ ਤਰ੍ਹਾਂ ਦੇ ਐਕਸਪਲਿਸਿਟ ਕੰਟੈਂਟ ਦੇ ਵਿੱਚ ਉਲਝ ਗਏ ਉਹਨਾਂ ਚੀਜ਼ਾਂ ਤੋਂ ਬਾਹਰ ਆਉਣ ਦੀ ਲੋੜ ਆ ਚੰਗਾ ਕੰਟੈਂਟ ਵੇਖਣ ਦੀ ਲੋੜ ਆ ਔਰ ਆਪਣੇ ਪੇਰੈਂਟਸ ਨੂੰ ਇਹ ਉਦਾਹਰਣ ਪੇਸ਼ ਕਰਨੀ ਚਾਹੀਦੀ ਆ ਜੇ ਪੇਰੈਂਟਸ ਹਰ ਵੇਲੇ ਫੋਨ ਦੇ ਵਿੱਚ ਲੱਗੇ ਰਹਿਣਗੇ ਤੇ ਉਹ ਬੱਚਿਆਂ ਨੂੰ ਕਿਵੇਂ ਰੋਕਣਗੇ ਕ્યા ਜੰਦਨਾ ਕਿ ਜ਼ਿੰਦਗੀ ਦੁੱਖਾਂ ਤੇ ਸੁੱਖਾਂ ਦਾ ਘਰ ਹੈ ਤੇ ਦੁੱਖ ਤੇ ਸੁੱਖ ਜ਼ਿੰਦਗੀ ਚ ਕਿਵੇਂ ਆਉਣੇ ਉਹ ਕਿਤੇ ਨਾ ਕਿਤੇ ਸਾਡੇ ਨਜ਼ਰੀਏ ਦੇ ਨਾਲ ਆਉਂਦੇ ਆ ਅਸੀਂ ਜ਼ਿੰਦਗੀ ਨੂੰ ਕਿਹੜੇ ਤਰੀਕੇ ਦੇ ਨਾਲ ਜਿਉਂਦੇ ਆ ਇਹ ਇਸ ਤਰੀਕੇ ਦੇ ਨਾਲ ਆਉਂਦੇ ਆ ਅੱਜ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਬਹੁਤ ਖੂਬਸੂਰਤ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਹੀ ਨਹੀਂ ਉਮੀਦ ਹੈ ਤੁਸੀਂ ਬਹੁਤ ਖੂਬਸੂਰਤ ਗੱਲਾਂ ਸਿੱਖੀਆਂ ਹੋਣਗੀਆਂ ਤੇ ਆਪਣੀ ਜ਼ਿੰਦਗੀ ਚ ਜ਼ਰੂਰ ਅਪਣਾਓਗੇ ਦਿਓ ਇਜਾਜ਼ਤ ਸ਼ੁਕਰੀਆ ਚੁੱਪ ਕਰਕੇ ਕਰਨ ਕਰੀ ਜਾ ਚੁੱਪ ਕਰਕੇ ਜੋ ਕਰਨ ਕਰੀ ਜਾ ਚੁੱਪ ਕਰਕੇ ਸਰਕਾਂ ਤੇ ਖੜਕੇ ਮਾਰੇ ਕਮ ਕਰਦੇ ਲੁਕ ਲੁਕ ਕੇ ਮਾਰੇ ਕਮ ਕਰਦੇ ਲੁਕ ਲੁਕ ਕੇ ਤੇ ਪਾਪ ਕਰੇ ਅੰਦਰ ਵੜ ਕੇ ਰੱਬ ਕੋਲੋਂ ਕੁਝ ਵੀ ਲੁਕਣਾ ਨਹੀਂ ਰੱਬ ਕੋਲੋਂ ਕੁਝ ਵੀ ਲੁਕਣਾ ਨਹੀਂ ਲੱਖ ਪਰਦਾ ਕਰੀ ਜਾ चुप करके करी जा चुप करके जो करी जा चुप करके ना ना किसे खुशियारी कर किसे दिल पर दिलदारी कर कम अपना करी जा चुप करके करी जा चुप करके जो करने करी जा चुप करके ना ना किसे,